कदे अग लैने आएगी, साडे भी घरे नी कदे अग लैने आएगी। चपड़ी बगा के मारांगे नी तेरा तपदा सीना, तारांगे नी तेरा तपदा सीना। छड़िया बन्नी नी देखदे हुंदे पुत, ए तां कुड़ी कतरी नू अखां नाल ही अंदर लंघा जांदे ने। आसो नी आसो बड़िए ਟਹਿ ਜਾਣਿਆ, ਤਾਂ ਤੂੰ ਥੋੜੀ ਜਿਹੀ ਵੱਡੀ ਹੋ, ਮੈਂ ਤੈਨੂੰ ਬੁੜੀ ਦਿੰਦੀ ਆ। ਮੈਂ ਨਾ ਨਾ, ਤੂੰ ਤਾਂ ਸ਼ਤੀਰ ਅਰਗੀ ਪਈ ਐ। ਨਾਵਾ ਜੁੱਤੀ, ਓਏ ਜੁੱਤੀ ਲਾ ਲਈ ਤਾਂ ਤੇਰੇ ਪੈਰ ਮੱਚ ਜਾਣਗੇ, ਫੇਰ ਤੈਨੂੰ ਵੀ ਟਰੱਕ ਦੇ ਨਾਲ ਚੱਕਣਾ ਪੈ ਜਾਣਾ ਵਾ। ਜੇ ਤੈਨੂੰ ਮੈਂ ਚੱਕ ਲਿਆ ਫੇਰ ਲੋਕ ਕਹਿਣਗੇ ਚੱਕ ਲਈ ਰੱਬ ਦਾ ਨਾਂ ਲੈ ਕੇ ਰੰਨ ਮਦਰੋ ਜੀ। ਟੁੱਟ ਪੈਣਿਆ, ਸੰਗ ਨੀ ਆਉਂਦੀ ਤੈਨੂੰ। ਗੱਲਾਂ ਕਰਦੀ ਆ ਸੰਗ ਦੀ ਆ, ਅੰਦਰੋਂ ਤਾਂ ਮੇਰੀ ਗੱਲ ਸੁਣ ਕੇ ਸੂਰਜ ਮੁਖੀ ਅੰਗੂ ਖਿੜਗੀ। ਸੰਗ ਦੀ ਤਾਂ ਆਏ ਤੇਰੇ ਨਾਲ ਦੀ। ਇਹ ਕੌਣ ਏ? ਮੇਰੀ ਭਤੀਜੀ ਭਾਗੋ ਐ। ਇਹ ਤਾਂ ਜਮਾ ਹੀ ਗੱਲ ਗੱਲ ਅਰਗੀ ਆ, ਤੂੰ ਤਾਂ ਬੁੜੀ ਇਹਦੇ ਪੈਰ ਅਰਗੀ ਵੀ ਹੈ ਨੀ। ਮੈਂ ਮਰ ਜਾਣਿਆ, ਨਜ਼ਰ ਨਾ ਲਾ ਦੀ ਮੇਰੀ ਭਤੀਜੀ ਨੂੰ। ਕਿਵੇਂ ਅੱਖਾਂ ਗੱਡੀਆਂ ਨੇ ਸਦਾਈ ਜੇ ਨੇ ਕੁੜੀ ਤੇ, ਕਰਦਾ ਕੀ ਐ ਬੋਖ ਜਾ। ਕੀ ਕਿਹਾ? ਤੇਰੀ ਮਾਂ ਦਾ ਸਿਰ ਜਿਹੜੀ ਜੰਮ ਕੇ ਧਰਗੀ ਬਿੱਜੂ। ਆ ਚੱਕਾ ਬਣਾ ਤਾਮਾ ਜਾਮਾ ਤੇ ਹੋ ਜਾ ਪਿੰਡ ਨੂੰ ਡੰਡੀ। ਤੂੰ ਤਾਂ ਗੁੱਸਾ ਹੀ ਕਰ ਗਿਆ ਗਿਰਧਾਰੀ, ਮੈਂ ਤਾਂ ਐਵੇਂ ਸੁਭਾਈ ਕੇ ਬੋਲਤਾ ਹੈ। ਬੋਲਾ ਦੱਸ, ਮੈਨੂੰ ਜੋ ਮਰਜ਼ੀ ਕਹੀ ਚੱਲ, ਮੇਰੀ ਬੀਬੀ ਨੂੰ ਕੁਛ ਨਾ ਬੋਲੀ। ਹਾਂ ਜਾਣਾ ਮਰ ਜਾਣਾ, ਆ ਫੜ ਕੁੜੇ ਮੇਰੇ ਸਿਰ ਤੇ ਰੱਖ ਤਾਂ ਫੇਰ। ਬੇਬੇ ਆਸੋ ਚਾਚੀ ਦੇ ਦਿਮਾਗ ਚ ਕੂੜਾ ਭਰਿਆ, ਤੂੰ ਉਹਦਾ ਗੁੱਸਾ ਨਾ ਕਰੀ। ਕਿੱਥੇ ਚੱਲਿਆ ਗਰਦਾਰੀ? ਤੇਰੀ ਭੈਣ ਦੀ ਨਾਲ ਨਾਲ ਫੇਰੀ ਲੈਣ ਚੱਲਿਆ। ਉਹ ਕਾਕਾ ਉਹ ਦਿਨ ਡੁੱਬਾ ਜਦੋਂ ਘੋੜੀ ਚੜਿਆ ਕੁੱਬਾ। ਕੋਈ ਨਾ ਕੋਈ ਨਾ ਕਹਿ ਲਾ ਪੁੱਤ, ਉਹ ਰਿਸ਼ਤੇ ਤਾਂ ਇੱਕ ਦਿਨ ਮੈਨੂੰ ਇੰਨੇ ਆਉਣੇ ਆ, ਮੈਂ ਤਾਂ ਬਹੁਤ ਦਲ ਜਾਣਾ ਵੀ ਕਿਹੜੀ ਛੱਡਾਂ ਕਿਹੜੀ ਵਿਆਹਾਂ। ਐਵੇਂ ਨੀ ਜੱਟ ਨੂੰ ਗਰਦਾਰੀ ਲਾਲ ਕਹਿੰਦੇ। ਬੇਬੇ ਕੁਛ ਨੀ। ਕਿਉਂ? ਉਹ ਸਾਰੇ ਤਾਂ ਕਹਿੰਦੇ ਆ ਵੀ ਬਾਬਾ ਜਾਣੀ ਜਾਣਾ, ਫਿਰ ਮੰਗਣ ਦਾ ਕੀ ਫਾਇਦਾ। ਨਾਲੇ ਪਹਿਲਾਂ ਇੰਨੀ ਵਾਰੀ ਮੰਗਿਆ ਵੀ ਮੇਰੀ ਬੇਬੇ ਮੋੜ ਦੇ। ਲੋਕ ਕਹਿੰਦੇ ਮਰੇ ਹੋਏ ਮੁੜਦੇ ਨੀ। ਫਿਰ ਤੂੰ ਮੈਨੂੰ ਪਾਲਦਾ ਕਿਉਂ ਰਹੀ ਨਾ ਪੁੱਤ? ਉਹ ਬੀਬੀ ਜਿਉਂਦੇ ਮੈਨੂੰ ਤੰਗ ਬਹੁਤ ਕਰਦੇ ਆ, ਤੇਰੇ ਬਿਨਾਂ ਨਾ ਜੀ ਜਿਹਾ ਹੀ ਲੱਗਦਾ ਮੇਰਾ। ਪਰ ਪੁੱਤ ਮੈਂ ਤਾਂ ਇਸ ਜਹਾਨ ਤੇ ਹੈ ਹੀ ਨਹੀਂ। ਲੈ ਤੂੰ ਤਾਂ ਮੇਰੇ ਦਿਲ 'ਚ ਆ ਬੀਬੀ, ਮੇਰੇ ਦਿਮਾਗ 'ਚ ਸਾਰੇ ਕਿਤੇ ਦਾ ਤੂੰ ਹੈ। ਉਹ ਗਿਰਧਾਰੀ ਲਾ ਬੀਬੀ, ਹੁਣ ਤੂੰ ਵੀ ਮੈਨੂੰ ਗਰਦਾਰੀ ਕਹਿਣ ਲੱਗ ਗਈ। ਉਹ ਤੇਰਾ ਤਾਂ ਮੈਂ ਮੱਗਰ ਹੈ, ਮੱਗਰ ਸਿੰਘ ਸੰਧੂ। ਗਰਦਾਰੀ ਹਾਂ। ਉਹ ਕੀ ਮੰਤਰ ਜੇ ਪੜ੍ਹੀ ਜਾਂਦਾ ਸੀ ਖੜਾ? ਗੁਰੂ ਘਰ ਦੀ ਸੇਵਾ ਮੇਰੇ ਨਾਲ ਲਿਖੇ ਬਾਬਾ ਜੀ ਨੇ, ਘਰੇ ਜਾ ਕੇ ਕੰਮ ਧੰਦਾ ਕਰ। ਸਾਰਾ ਕੁ ਬਾਬਾ ਜੀ ਨੇ ਤੇਰੇ ਨਾਲ ਹੀ ਲਿਖਤਾ ਜੇਠੂ ਬਾਈ, ਸੇਵਾ ਤੀਵੀ ਨਿਆਣੇ। ਓਏ ਮੱਥਾ ਤਾਂ ਟੇਕ ਜਾ ਜਾਂਦਾ ਹੋਇਆ। ਵਾਹਿਗੁਰੂ। ਬਾਬਾ ਜੀ ਨੂੰ ਕਿਹਾ ਸੀ ਸਾਈਕਲ ਨਹੀਂ ਟੇਕਦਾ। ਬਾਬਾ ਜੀ ਸਾਡੇ ਵਾਲੇ ਸਿਧਰੇ ਨੂੰ ਸਮਾਤ ਬਖਸ਼ੋ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਓ ਬਾਪੂ ਸਿੰਘ ਜੀ, ਕਿੱਧਰੋਂ ਆ ਰਹੇ ਹੋ ਬੁੱਲੇ ਲੁੱਟ ਕੇ? ਲੱਗਦਿਆ ਬੁੱਲਿਆਂ ਦੇ ਆ, ਤੇਰੀਆਂ ਕਰਤੂਤਾਂ ਦੇ ਉਲਾਂਬਿਆਂ ਦਾ ਟੋਕਰਾ ਲੈ ਕੇ ਆਇਆ। ਉਹ ਅੱਛਾ ਜੀ, ਕਿੱਥੇ ਟੋਕਰਾ? ਆ ਠੀਕਰੇ ਚ। ਗੱਲ ਸੁਣੋ ਏ, ਤੂੰ ਪਿੰਡ ਦੀਆਂ ਨੂੰਹਾਂ ਨਾਲ ਹੀ ਫੇਰੇ ਲੈਣ ਨੂੰ ਤੱਤਾ ਹੋਇਆ ਫਿਰਦਾ। ਓ ਬਾਪੂ, ਮੈਂ ਤਾਂ ਜਦੋਂ ਕੋਈ ਤੀਵੀਂ ਜਾਂ ਕੁੜੀ ਕਤਰੀ ਦੇਖਦਾ ਨਾ, ਮੇਰੇ ਅੰਦਰ ਝਗਿਆੜੇ ਨਿਕਲਣ ਲੱਗ ਜਾਂਦੇ ਨੇ, ਮੇਰੇ ਅੰਦਰ ਦੀ ਗੱਲ ਨਾ ਮੂੰਹ ਤੇ ਆ ਜਾਂਦੀ ਹੈ। ਆ ਜਿਹੜਾ ਅੰਦਰਲਾ ਮੂੰਹ ਤੇ ਆਉਂਦਾ ਨਾ, ਇਹ ਪਾਲਦਾ ਪਿਆ। ਅੱਛਾ ਜੀ, ਬਾਹਰ ਅੰਦਰ ਇਹੋ ਜਿਹੀ ਗੱਲ ਬੋਝ ਕੇ ਕਰਿਆ ਕਰ, ਜਦੋਂ ਵਿਆਹ ਹੋ ਗਿਆ ਫਿਰ ਸਭ ਠੀਕ ਹੋ ਜੂ। ਬਾਪੂ ਜੀ ਕਰਾ ਦੋ ਮੇਰਾ ਵਿਆਹ। ਓਏ ਪੁੱਤ ਮੇਰਿਆ, ਸਾਕਤਾ ਤੈਨੂੰ ਆਲਾ ਤਵਾਲਾ ਆਉਂਦੇ ਸੀ, ਤੂੰ ਹੀ ਨਹੀਂ ਪੈਰ ਲਾਏ। ਐਡਾ ਵੱਡਾ ਟੱਬਰ ਹੈ ਮੇਰਾ, ਫਿਰ ਵੀ ਮੰਜਾ ਮੇਰਾ ਦਰਾਂ ਚ। ਤੇਰਾ ਦਰਾਂ ਚ ਬਾਪੂ? ਮੇਰਾ ਉਹ ਕੋਠੇ ਤੇ। ਜੇ ਤੇਰਾ ਵਿਆਹ ਨਾ ਹੋਇਆ ਨਾ, ਤੇਰਾ ਮੰਜਾ ਨਾ ਕੋਠੇ ਤੇ ਨਾ ਦਰਾਂ ਚ। ਬਾਪੂ ਬੀਹੀ ਚ ਨੀ ਮੈਂ ਤੋਪਾ ਹੋਇਆ ਕਰਨਾ, ਸਾਲੀ ਕਤੀੜ ਮੂੰਹ ਚੜ ਜਾ ਕਰੂਗੀ ਮੇਰਾ। ਚਾਚਾ ਕਈ ਵਿਹਲੀ ਹੈ? ਉਹ ਭੋਲੇ ਬਾਦਸ਼ਾਹ, ਜਿਹੜੇ ਤੇਰੇ ਵਰਗਿਆਂ ਦੇ ਮਨਾਂ ਚ ਭੋਰਾ ਮੈਲ ਨਹੀਂ ਹੁੰਦੀ, ਲੋਕ ਉਹਨਾਂ ਨੂੰ ਮਿੱਟੀ ਚ ਰੋਲ ਕੇ ਰੱਖ ਦਿੰਦੇ ਨੇ। ਇਹਦੇ ਲਈ ਬਾਪੂ ਫਿਰ ਕੀ ਕੀਤਾ ਜਾਵੇ? ਆਪਣੇ ਵੱਲ ਧਿਆਨ ਦੇ, ਹੈਂ ਮਤਵਲ ਖੋਰਿਆਂ ਪਿੱਛੇ ਲੱਗ ਕੇ ਸਾਰਾ ਦਿਨ ਹਬੜ ਹਬੜ ਕਰਦਾ ਫਿਰਦਾ ਰਹਿਣਾ। ਚਾਚਾ ਹਾਂ ਨਿੰਦੋ ਆਇਆ। ਆ ਦੇਖੋ ਕੀ ਲਿਖਿਆ। ਕੀ? ਚਾਚਾ ਚਾਚੀ ਤਾਇਆ ਤਾਈ। ਚਾਚੇ ਹੁਣ ਛੜੇ ਅੱਗੇ ਕੀ ਲਿਖਿਆ? ਛੜੇ ਅੱਗੇ ਲਿਖ ਭਾਗਾਂ ਵਾਲੀ। ਅੱਛਾ ਜੀ। ਹਾਂ ਉਹ ਛੜੇ ਤਾਂ ਰੱਬ ਦੇ ਲਾਡਲੇ ਹੁੰਦੇ ਆ, ਲਾਡਲੇ। ਜਿਹੜੀ ਛੜੇ ਨੂੰ ਉਲੂਗੀ ਉਹ ਤਾਂ ਭਾਗਾਂ ਵਾਲੀ ਹੋਊਗੀ। ਕਿਉਂ? ਮੈਂ ਕਿਹਾ ਜੀ ਪੈਰੀ ਪੈਣੀ ਆ ਜੇਠ ਜੀ। ਆ ਦੇਖ ਲੈ ਬਾਪੂ, ਜੀਤੋ ਭਾਬੀ ਮੈਨੂੰ ਟਿੱਚਰਾਂ ਕਰਦੀ ਆ। ਚੱਲ ਕੋਈ ਨਾ ਛੋਟੀ ਦਿੱਤੋ।
सिर पलोस के सीस दिया कर जीतो नू वे दे निका निकी तेरी जान चढ़े मैं ता सोच रखा भी जे मेरा मुंडा होया अपने मुंडे दी साली दा चाक बड़े भाई नू करा दू मैं रूड़िया तू ता पैर तो तो के पिया कर मेरे दियोर दे जे जीतो नू ना ना कर दा ना ਤਾਂ ਤੈਨੂੰ ਤਾਂ ਭੰਗ ਪੀਣੇ ਨੂੰ ਕਿਸੇ ਨੇ ਬੱਕਰੀ ਨਾਲ ਨਹੀਂ ਵਿਆਹਣਾ ਸੀ ਆ ਕਰ ਹੁਣ ਗੱਲ ਕਾਕਾ ਬਲੀ ਉਹ ਛੜੇ ਤਾਂ ਨਜ਼ਾਰੇ ਲੈਂਦੇ ਨੇ ਨਜ਼ਾਰੇ ਓਏ ਤਾਂ ਸਭ ਮਨ ਸਮਝਾਉਣ ਦੀ ਆ ਬਾਤਾਂ ਨੇ ਕਰਦਾਰੀ ਲਾਲ ਜੀ ਛੜੇ ਬੰਦੇ ਦਾ ਗੋਤੀ ਦੇ ਚੁੱਚੀ ਪਾ ਕੇ ਉਹਨੂੰ ਕਹੀ ਜਾਣਗੇ ਲਾਣੇਦਾਰ ਨਹੀਂ ਹੈ ਦੱਸ ਤੇਰੇ ਵਾਸਤੇ ਕੀ ਲੈ ਕੇ ਆਵਾਂ ਚੂੜੀਆਂ ਜਾਂ ਪਰਾਂਦੀ ਚੱਲ ਬਹਿ ਜਾ ਅੱਛਾ ਕੋਈ ਆਉਂਦਾ ਨਹੀਂ ਉਹ ਜਗਰ ਬਾਈ ਛੜੇ ਬੰਦੇ ਦਾ ਸ਼ਰਾਬ ਬਹੁਤ ਭੜਾ ਹੁੰਦਾ ਜੇ ਕਿਤੇ ਮੈਂ ਉੱਤੇ ਨੂੰ ਮੂੰਹ ਕਰਕੇ ਛੱਡ ਤੇ ਨਾ ਬੋਲ ਵੀ ਰੱਬਾ ਸਾਰੇ ਜਹਾਨ ਦੀ ਸ਼ਰਾਬ ਹੋਕੇ ਪਾਣੀ ਵਰਗੀ ਕਰ ਦੇ ਤੂੰ ਉਹਦਾ ਕੋਠੇ ਤੇ ਚੜ ਚੜ ਲੇਰਾ ਮਾਰੇਗਾ ਮਗਰ ਧਿਆ ਉਹ ਪੁੱਤਾ ਸ਼ਰਾਬ ਤਾਂ ਦੇ ਹੀ ਦੇ ਆਪ ਤਾਂ ਸਾਰੀ ਉਮਰ ਝੋਲ ਸਕੇ ਹੁਣ ਮੰਜੇ ਨੂੰ ਲੱਗ ਗਿਆ ਸਾਡੀ ਬੜੀ ਇੱਦਾਂ ਸ਼ਾਬਾਸ਼ ਤੜਕੀ ਲੱਗ ਜਾ ਕਰੋ ਝੱਜੂ ਪਾਉਣ ਉਹ ਕਦੇ ਰੱਬ ਦਾ ਨਾਂ ਵੀ ਲੈ ਲਿਆ ਕਰੋ ਤੂੰ ਖੇਤ ਨਹੀਂ ਗਿਆ ਮੈਂ ਤਾਂ ਚੱਲਿਆ ਸੀ ਬਾਈ ਬਸ ਲੀੜੇ ਜੇ ਬਦਲਣ ਆ ਗਿਆ ਸੀ ਆਹ ਕਰਦਿਆਂ ਦੀਆਂ ਗੱਲਾਂ ਹੀ ਨਹੀਂ ਮੁੱਕਦੀਆਂ ਲੀੜੇ ਬਦਲਣੇ ਨੇ ਵੱਡੇ ਰਾਂਝੇ ਨੇ ਉਹ ਸਿੱਧਾ ਖੇਤ ਜਾਈ ਕਿਤੇ ਰਾਜ ਪਿੰਡਾਂ ਦਾ ਗੋਲ ਪੋਣਾ ਨਾ ਕਰੀ ਜਾਈ ਢਾਕੇ ਦੀ ਮਲਮਲ ਪਸ਼ਮੀਨਾ ਦਾ ਸ਼ਾਲ ਢਾਕੇ ਦੀ ਮਲਮਲ ਪਸ਼ਮੀਨਾ ਦਾ ਸ਼ਾਲ ਬਸ ਲੋਕਾਂ ਦੀਆਂ ਜਨਾਨੀਆਂ ਦੀ ਸੇਵਾ ਕਰੀ ਆਪਦੀ ਨਾ ਲਿਆਈ ਨਾ ਮੈਂ ਹੁਣ ਕਿਸੇ ਦੀ ਧੱਕੇ ਨਾ ਚੱਕ ਲਿਆ ਮੈਂ ਕਰਾਨੀ ਨਾ ਤੇਰਾ ਸਾਗ ਪਰ ਤੈਨੂੰ ਮੇਰੇ ਨਾਲ 12 ਡਿਟੀ ਖੇਡਣੀ ਪਊ 12 ਡਿਟੀ ਨਾ ਕੁਸੋਰ ਮਰਨਾ ਤਰਨਾ 12 ਡਿਟੀ ਖੇਡ ਕੇ ਨਾਲੇ ਤੇਰਾ ਨਿਆਣਾ ਤੇ ਸਮਾਨ ਵੀ ਅੱਜੇ ਚੱਕਿਆ ਅੱਜ ਤੋਂ ਬਾਅਦ ਮਤਲਬ ਪ੍ਰੈਸ ਲੋਕਾਂ ਦੇ ਕੰਮ ਨਹੀਂ ਕਰਨੇ ਮੈਂ ਛੜਾਏ ਛੜਾਈ ਮਰੇਗਾ ਲਾ ਛੜੇਗਾ ਘੱਟ ਲੱਕੜਾ ਜਵਾ ਚ ਦਿਆ ਬਿੱਜੂ ਹੀ ਆ ਭਰਜਾਈਏ ਤੂੰ ਵੀ ਆ ਲੈ ਆ ਫੜ ਆ ਜਾ ਬਈ ਅਈਆ ਬੇਗਰਦਾਰੀ ਆ ਚਰਨੋ ਕੀ ਕਣਕ ਦੀ ਬੋਰੀ ਉਤਾਰਿਆ ਚੱਕੀ ਨਾ ਭਾਈ ਪੂਰਾ ਜਵਾਬ ਹੈ ਨਾ ਮੈਂ ਤੁਹਾਡਾ ਗੁੱਲਾ ਰੱਖਿਆ ਨਾਲੇ ਕੰਮ ਕਰਾਉਣ ਤੋਂ ਬਾਅਦ ਤੂੰ ਪੁੱਠਾ ਬੋਲਦੀ ਐ ਨਾ ਤੈਨੂੰ ਸਿੱਧਾ ਕਿਹੜਾ ਬੋਲਦਾ ਵੇ ਮੇਰਾ ਬਾਪੂ ਬੋਲਦਾ ਮੇਰੀ ਬੀਬੀ ਬੋਲਦੀ ਆ ਨਾਲੇ ਬੋਲਿਆ ਕਰੂਗੀ ਮੇਰੀ ਬਹੂ ਲੈ ਵੇ ਰੱਖਿਆ ਸਿਆਣੇ ਪੁੱਤ ਜਵਾਬ ਨਹੀਂ ਦਿੰਦੇ ਹੁੰਦੇ ਫਿਰ ਆਪਦੇ ਤੋਤੀ ਤੋਂ ਰਖਾ ਲਾ ਉਹ ਤੋਤੀ ਨਹੀਂ ਗੁਰਮੇਲ ਆ ਮੇਰੇ ਮੁੰਡੇ ਦਾ ਨਾਮ ਉਹ ਤੋਤੀ ਦੀ ਅੰਮੀ ਤੋਤੀ ਦੀ ਅੰਮੀ ਤੋਤੀ ਦੀ ਅੰਮੀ ਤੋਤੀ ਕੀ ਤੋਤੀ ਤੋਤੀ ਲਾਈ ਆ ਗਾਹਾਂ ਤੋਤੀ ਦੇ ਸੱਪ ਲੜ ਗਿਆ ਹਾਂ ਤੋਤੀ ਦੇ ਸੱਪ ਲੜ ਗਿਆ ਤੋਤੀ ਭਾਈ ਨੂੰ ਨਹੀਂ ਮੈਂ ਮਰ ਜਾ ਕਿੱਡੀ ਕਾਲੀ ਜਵਾਨ ਹੈ ਨਹੀਂ ਇਹਦੀ ਉਹ ਮੈਂ ਮਰ ਗਈ ਪੱਟੇ ਗਏ ਪੈ ਲੋਕੋ ਮੈਂ ਚੱਲ ਹੁਣ ਛੇਤੀ ਕਰ ਓਏ ਉਹ ਕੀੜਾ ਹੀ ਕੀੜਾ ਨਹੀਂ ਨਹੀਂ ਕੀੜਾ ਨਹੀਂ ਮੈਂ ਆਪ ਵੇਖਿਆ ਸੱਪ ਹੀ ਤੇਰੀ ਭੈਣ ਦਾ ਮੰਜਾ ਸੀ ਉਹ ਸੱਪ ਤਾਂ ਮੈਨੂੰ ਵੀ ਪਤਾ ਪਰ ਇਹ ਤਾਂ ਕਈ ਦਾ ਨਹੀਂ ਹੁੰਦਾ ਬੰਦਾ ਦਹਿਲ ਕੇ ਮਰ ਜਾਂਦਾ ਸੁਰਮਿਆਂ ਉਹ ਕੀੜਾ ਹੀ ਕੀੜਾ ਕੀੜਾ ਸੱਪ ਨਹੀਂ ਸੀ ਉਹ ਸੱਪ ਨੂੰ ਸੱਪ ਲੜੂ ਦੱਸੋ ਵਿਆਹ ਕਿਨੂੰ ਚੜੂ ਸ਼ੁਕਰ ਆ ਭਰਾਵਾ ਮੈਂ ਬਚ ਗਿਆ ਮੈਨੂੰ ਲੱਗਾ ਮੈਂ ਗਿਆ ਪਤਾ ਨਹੀਂ ਤੋਤੀ ਦੇ ਪਿੰਡੇ ਦੀ ਮੁਸਕ ਚੜ ਗਈ ਪਤਾ ਨਹੀਂ ਸੱਪ ਦੀ ਜ਼ਹਿਰ ਮੈਨੂੰ ਛੱਡਿਆ ਉਹ ਬਾਂਸ ਛੱਡਿਆ ਨਹੀਂ ਗੱਡਿਆ ਜਾਂਦਾ ਆ ਬਾਪੂ ਹਾਂ ਮੈਨੂੰ ਉਹਨਾਂ ਨੇ ਬਾਂਸ ਕਿਉਂ ਕਿਹਾ ਓਏ ਪੁੱਤ ਲੋਕ ਤਾਂ ਕਮਲਿਆ ਹੈ ਉਹ ਸੋਚਦੇ ਆ ਬਈ ਬਾਂਸ ਅੰਦਰੋਂ ਖੋਖਲਾ ਹੁੰਦਾ ਤੇ ਉਹਦੀ ਲੱਕੜ ਵੀ ਕਟਿਆ ਹੁੰਦੀ ਹੈ ਉਹਨਾਂ ਨੂੰ ਕੋਈ ਪੁੱਛੇ ਬਈ ਬੰਸਰੀ ਵੀ ਤਾਂ ਬਾਂਸ ਤੋਂ ਹੀ ਬਣਦੀ ਹੈ ਬਾਪੂ ਮੇਰਾ ਜੀ ਕਰਦਾ ਮੈਂ ਬਾਂਸਰੀ ਬਣ ਕੇ ਆਪਣੀ ਘਰ ਵਾਲੀ ਦੇ ਕੰਨਾਂ 'ਚ ਰਸ ਘੋਲਾਂ ਰਸ ਘੋਲਣ ਵੇਲੇ ਤਕੜੀ ਘੋਲਤੀ ਆ ਤੇਰੇ ਨੱਕ ਬੁੱਲੇ ਦੇ ਮਾਰਨ ਕਰਕੇ ਤੇਰੇ ਵਾਲਾ ਰਿਸ਼ਤਾ ਰੂੜੇ ਨੂੰ ਹੋ ਗਿਆ ਫਿਰ ਲੋਕਾਂ ਨੇ ਤਾਂ ਗੱਲਾਂ ਬਣਾਉਣੀਆਂ ਹੋਈਆਂ ਨਾ ਬਈ ਵੱਡੇ 'ਚ ਜ਼ਰੂਰ ਕੋਈ ਨੁਕਸ ਹੋਊਗਾ ਜਿਹੜਾ ਛੋਟਾ ਪਹਿਲਾਂ ਵਿਆਹ ਲਿਆ ਓਏ ਹਲੇ ਵੀ ਵੇਲਾ ਤੂੰ ਭਾਬੀਆਂ ਦੇ ਪੈਰ ਫੜ ਲੈ ਆਪਦੀਆਂ ਦੇ ਉਹੀ ਚੜ੍ਹਨੀਆਂ ਟਿੱਬਿਆਂ 'ਤੇ ਪਾਣੀ ਹਾਂ ਓ ਮੇਰਾ ਵਿਆਹ ਕਰਵਾ ਦੇ ਮੈਨੂੰ ਕੋੜੀ ਚੜਾ ਦੇ ਮੈਨੂੰ ਬਟਣਾ ਲਾ ਦੇ ਤੇਰਾ ਦਿਓਰ ਕਰੇ ਅਰ ਜੋਈ ਨੀ ਲੱਭ ਕੇ ਹੂਰ ਲਿਆ ਦੇ ਕੋਈ ਮੈਨੂੰ ਜ਼ੁਰਮਾ ਪਾ ਦੇ ਭਾਬੀ ਭਾਬੀ ਆਪਣੇ ਪੇਕਿਆਂ ਤੋਂ ਕੋਈ ਨਰਮ ਜਿਹਾ ਪਟੋਲਾ ਲੱਭ ਕੇ ਲਿਆ ਦਾ ਚਾੜ ਦੇ ਕੰਧਾਂ ਤੇ ਕੁੱਤੀਆਂ ਓਏ ਤੀਵੀਆਂ ਦੀਆਂ ਮਿਹਨਤਾਂ ਨਹੀਂ ਕਰਦੇ ਹੁੰਦੇ ਮਰਦ ਬੰਦੇ ਆ ਚੱਕ ਮੇਰੀ ਬੰਦੂਕ ਤੇ ਕੱਢ ਲੈ ਕਿਸੇ ਚੂਚਕ ਦੀ ਬੇਟੀ ਨੂੰ ਇਸ ਉਮਰ ਦੇ ਵਿੱਚ ਸਾਗ ਤਾਂ ਜਾਣਨਾ ਨਹੀਂ ਤਾਂ ਭਾਵੇਂ ਜੜ ਜੇ ਕਿਉਂ ਮੈਂ ਕੀ ਰੱਬ ਦੇ ਮਾਂ ਮਾਰਿਆ ਓਏ ਬਹੂ ਤਾਂ ਮੈਂ ਲੈ ਕੇ ਆਊਂਗਾ ਸੀਸੇ ਵਰਗੀ ਉਹਦੇ ਵੱਲ ਦੇਖ ਕੇ ਪੱਗ ਤੇ ਲੜ ਚੜਿਆ ਕਰੂੰਗਾ ਤੁਸੀਂ ਦੇਖਦੇ ਜਾਇਓ ਜੇਠੂ ਬਾਈ ਜੀ ਲੈ ਵੇਖ ਲੈ ਕਿਵੇਂ ਬੁੜੇ ਬਲ ਦਾ ਬੱਗੀ ਤਿੱਤਰੀ ਨੂੰ ਸਿੰਘਾਂ ਤੇ ਬਿਠਾਉਣ ਨੂੰ ਜੀ ਕਰਦਾ
मैनू भी कर दो टीवी टीवी च रहनी भी है परसैनी है कहिंदे भी रब ने जो तीवी मढ़ाई ना तो अपने कालजा लहू पा के सिर ना मिट्टी गुन्नी सी जद बेड़े च झांजरा छण छण करदियां सुणदियां ने ना मेरे अंदर खौरू पैंदा खौरू रिजीत झांजरा ना पाया कर जे तू मेनू ना 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 करदा हुन मैं रूड़े दी भाभी होना जेड़ी गुत दे परांदे च शीशे जड़ के रखदी होवे ते उना शीशियां दी लिशकोर मेरे मुंह ते पैंदी होवे ते ओ मैनूं कहे चूड़ियां अर्गी एक सतरंगी पींग पा के देवां ते उस पींग ते मैनू बिठा के झूटे दे जावे नजारे आई जान जाई जान जदों कोठे ते खड़ के केस सुकावे उहदे केसां चों डिगदे पाणी दे छट्टे सूरज दा वी सीना ठार देण मैं उहनूं कहां चल विआह कराईए उह कहे विआह नहीं मैनूं मिर्ची वांगू कढ के लै जा कुड़ी इह जी होवे जिहनूं तुरदी नूं देख के ऐ लगे जिवें नहर दा पाणी वगदा हुंदा जिहदी चुन्नी दा लड़ धरती दा सिर पड़ोसदा जांदा होवे जिहड़ी आपदे हत्थी मेरे मुँह च बुरकियां पावे जिहदी दित्ती होई रुखी बुरकी भी मैनूं माल पुड़े अर्गी लगे होए धुप नालों गोरी दूधी शिटी अर्गी नूं देख के लगे जिमें होरां परियां दीआं बातां इहदे करके शुरू होईआं होणगीआं संदूरी हस हस दी मैनूं कहे वे किरदारी किवें आ बस कोई ज्यादा नहीं कुड़ी पढ़ी लिखी होवे देखण नूं सलेमे दी एक्टर नहीं लगदी होवे ते मैनूं प्यार नाल गरीची च कहे किरदारी मैं तैनूं प्यार करदी हाँ मतबल किरदारी आई लव यू भाई नाल नाल लिखी चलो कागज ते जो जो कहंदा है हमेशा बहुत ने मेरे पुत दियां ताही तां गलादड़ जी दा विआह नहीं हुंदा ओ भाई तू कुड़िया बारे दस्या सी कि सतरंगी पींग पाई सी पतंदर ने रेली बनती अखे आए होवे ओवे होवे एकण होवे उकण होवे लैकण उकण नहीं ओए जदों लिआया ना मैं तेरी भाभी मैं तां ओनू चिड़िया दे दुध नाल रोटी खलाया करूं ओ भाई गल्ला ही ने विआह दा लड्डू ना दूरों ही मोती चूर दा लगदा है ਜਦੋਂ ਮੂੰਹ ਚ ਪੈਂਦਾ ਨਾ ਨੀ ਰੇਤ ਨਿਕਲਦੀ ਆ ਰੇਤ ਨਾ 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 ਵਿਆਹ ਇੱਕ ਜ਼ਿੰਮੇਵਾਰੀ ਹੈ ਜਿਹੜੀ ਹਰੇਕ ਬੰਦੇ ਨੂੰ ਧਰਮ ਸ਼ਰਮ ਤੇ ਕਰਮ ਨਾਲ ਨਿਭਾਉਣੀ ਚਾਹੀਦੀ ਹੈ ਓ ਜੇਠੂ ਸਿੰਘ ਜੀ ਤੁਸੀਂ ਰਹਿਣ ਦੋ ਆਪਣਾ ਗਿਆਨ ਗੋਸਤਾਬ ਦੇ ਕੋਲ ਹੀ ਰੱਖੋ ਓ ਬਾਈ ਊ ਵਿਆਹ ਨਾ ਲਿਆ ਤਾਂ ਨਜ਼ਾਰੀ ਦਿੰਦਾ ਬੰਦੇ ਨੂੰ ਹੇ ਕਿਕੜ ਓਏ ਮੈਂ ਦੱਸਦਾ ਹੁੰਦਾ ਨੇਰਾ ਬੰਦਾ ਥੱਕਿਆ ਟੁੱਟਿਆ ਆਉਂਦਾ ਆਪਦੇ ਘਰੇ ਓ ਤੋੜੀ ਓ ਬਾਪੂ ਗੁੜ ਵਾਲਾ ਦੁੱਧ ਪੀ ਲੈ ਗਲਾ ਠੀਕ ਹੋ ਜੂ ਤੇਰਾ ਅੱਛਾ ਬਾਈ ਜਦੋਂ ਹੁੰਦਾ ਮੇਰਾ ਫੇਰ ਉਹ ਫੇਰ ਕੀ ਬੰਦਾ ਥੱਕਿਆ ਟੁੱਟਿਆ ਆਉਂਦਾ ਮੰਜੇ ਦੇ ਪੈ ਜਾਂਦਾ ਤੀਵੀਂ ਲੱਤਾਂ ਘੁੱਟਦੀ ਆ ਗੱਲ ਖਤਮ ਨਾ 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 ਗੱਲ ਤਾਂ ਸ਼ੁਰੂ ਵੀ ਨਹੀਂ ਹੋਈ ਤੇ ਜਲਾਲੀ ਕੱਲੀਆਂ ਲੱਤਾਂ ਨਹੀਂ ਘੁੱਟਦੀ ਉਹ ਬਾਪੂ ਸਿੰਘ ਜੀ ਖਾਸਾ ਖਰਾਬ ਲੱਗਦਾ ਗਲਾ ਤੇਰਾ ਮਖਿਆਲ ਪੀਲੇ ਤੱਤਾ ਕਰਕੇ ਗਲ ਮੇਰਾ ਜਮਾ ਠੀਕ ਹੈ ਲੱਗਦਾ ਤੱਤੇ ਮਖਿਆਲ ਦਾ ਆ ਤੱਤਿਆਂ ਦਿੱਤੀਆਂ ਗੱਲਾਂ ਕਰਨੀਆਂ ਛੱਡ ਦੱਸਾਂ ਮੈਂ ਤੈਨੂੰ ਓਏ ਆਪਾਂ ਤੱਤਿਆਂ ਗੱਲਾਂ ਕਰਦੇ ਆਂ ਚਲੋ ਛੱਡੋ ਮੈਨੂੰ ਇਹ ਦੱਸੋ ਫੇਰ ਕੀ ਹੁੰਦਾ ਲੱਤਾਂ ਘਟਾਉਣ ਤੋਂ ਬਾਅਦ ਓਏ ਹੋਣਾ ਕੀ ਹੈ ਲੱਤਾਂ ਘਟਾ ਕੇ ਬੰਦਾ ਮੰਜੇ ਦੇ ਸੱਜੇ ਪਾਸੇ ਉਤਰ ਜਾਂਦਾ ਹਟੇ ਮੂੰਹ ਤੇਰੇ ਗੰਦੀ ਲਾਤ ਦੇ ਓ ਬਾਪੂ ਤੂੰ ਪੈ ਜਾ ਹੁਣ ਗੱਲ ਮਾਕੀ
ਭਾਈ ਬੰਦਾ ਮੰਜੇ ਤੋਂ ਸੱਜੇ ਪਾਸੇ ਕਿਉਂ ਉਤਰਦਾ? ਉਹ ਬੰਦਾ ਆਪਣੀ ਤੀਵੀਂ ਦੇ ਉੱਤੋਂ ਦੀ ਟੱਪ ਕੇ ਥੋੜਾ ਉਧਰੋਂ ਮੰਜੇ ਤੋਂ ਗੱਲ ਸੁਣ ਧਿਆਨ ਨਾਲ। ਜਦੋਂ ਬੰਦੇ ਦਾ ਵਿਆਹ ਹੁੰਦਾ ਉਦੋਂ ਬਾਅਦ ਚੁੱਪ ਕਰਦੇ ਹੋ ਕਿ ਲਿਆਵਾਂ ਡਾਂਗਾ? ਸਾਰੇ ਦੱਸਣ ਵਾਲੇ ਵੀ ਹੋਏ ਜੇ, ਪੁੱਛਣ ਵਾਲੇ ਵੀ ਹੋਏ ਜੇ, ਦੋਹਾਂ ਦੇ ਸਿਰਿਆ ਪਿਆ, ਸਾਰਾ ਜਹਾਨ ਜਾਣਦਾ ਵੀ ਵਿਆਹ ਹੁੰਦਾ। ਉਹ ਬਾਪੂ ਸਾਰੀ ਦੁਨੀਆ ਨੂੰ ਤਾਂ ਪਤਾ, ਇਹਨਾਂ ਨੂੰ ਨਹੀਂ ਨਾ ਪਤਾ, ਇਹ ਤਾਂ ਮੰਜੇ ਦੇ ਸੱਜੇ ਪਾਸੇ ਹੀ ਉਤਰੀ ਜਾਂਦੇ ਆ। ਬਾਪੂ ਭਲਾ ਦੀ ਤੇਰਾ ਮਤਾ ਕੀ ਕਹਿੰਦਾ, ਵਿਆਹ ਮਗਰੋਂ ਕੀ ਹੁੰਦਾ? ਵਿਆਹ ਮਗਰੋਂ ਤੁਹਾਡੇ ਵਰਗੀ ਗੱਡੀ ਲਾਦ ਹੁੰਦੀ ਆ। ਓਏ ਤੁਹਾਡੀ, ਓਏ ਓਏ ਆਪਾਂ ਹੁੰਦੇ ਆ ਓਏ। ਪਰ ਬਾਪੂ ਕਿਵੇਂ? ਗੱਲ ਤਾਂ ਪੂਰੀ ਕਰੋ। ਚਾਚੇ, ਮੇਰਾ ਕੁੱਦੂ ਮਾਮਾ ਤੇ ਤੂੰ ਕਿੰਨਾ ਕਿ ਛੋਟਾ? ਹਾਂ, 4-5 ਕੁ ਉਂਗਲਾਂ ਛੋਟਾ। ਆਏ ਹਾਏ, ਉਮਰ ਚ ਪੁੱਛਦਾ ਚਾਚੇ? ਓ ਅੱਛਾ ਜੀ। ਆ ਤੂੰ ਹਿਸਾਬ ਲਾ ਲਾ ਵੀ ਜੋ ਤੇਰੇ ਪਾਪੇ ਦਾ ਵਿਆਹ ਸੀ ਉਦੋਂ ਮੇਰੇ ਉਹ ਗੋਡੇ ਗੋਡੇ ਕਾਉਂਦਾ ਸੀ। ਲੈ ਦੇਖ ਲਾ, ਇਹਦੇ ਮਾਮੇ ਨੇ ਤੇਰੀਆਂ ਗੋਡਣੀਆਂ ਲਵਾਤੀਆਂ, ਤੇਰੇ ਤੋਂ ਪਹਿਲਾਂ ਬਹੂ ਲਿਆਊਗਾ ਅਗਲਾ। ਅੱਛਾ ਚਾਚੇ, ਤੂੰ ਤਾਂ ਹੁਣ ਭੁੱਲ ਜਾ ਵਿਆਹ ਨੂੰ, ਤੇਰੇ ਨਹੀਂ ਬੰਨੇ ਬੁੰਨੇ ਜਾਣੇ ਸਿਹਰੇ। ਲਾ ਸਿਹਰੇ ਤਾਂ ਮੈਂ ਬੰਨ ਕੇ ਰਹੂੰਗਾ ਪੱਕਾ। ਸਿਹਰੇ ਤੇਰੇ ਤਾਂ ਬੰਨੇ ਜਾਣਗੇ ਜੇ ਤੂੰ ਕੱਲ ਨੂੰ ਹੀ ਚੱਲੇ ਮੇਰੇ ਪੇਕੇ। ਆਹੋ, ਮੇਲ ਗੇੜ ਚ ਬਥੇਰੀਆਂ ਆਈਆਂ ਹੋਣਗੀਆਂ ਮੇਰੀਆਂ ਸਾਲੀਆਂ। ਉਹ ਕੋਈ ਤਾਂ ਹੋਊਗੀ ਤੇਰੇ ਵਿੱਚ ਦੀ ਪਾ ਦੀ ਚੋਗਾ। ਪਰ ਉੱਥੇ ਕੁੜੀਆਂ ਦੇ ਟੱਬਰ ਵੀ ਆਏ ਹੋਣਗੇ, ਜੇ ਕਿਸੇ ਕੁੜੀ ਦੇ ਭਾਈ ਨੇ ਮੇਰਾ ਡੰਡਾ ਟੁੱਕਤਾ ਫੇਰ। ਓਏ, ਤਾਂ ਤੇਰੇ ਕਾਰ ਵਿਹਾਰ ਤੇ ਹੈ ਵੀ ਸ਼ਗਨ ਪੈਂਦਾ ਜਾਂ ਜੁੱਤੀਆਂ? ਲੈ ਐ ਕਿਹੜਾ ਮਾੜੂ ਜੁੱਤੀਆਂ, ਖਲਾਰੇ ਨੂੰ ਪਾ ਦੂ। ਜਵਾਈ ਦਾ ਭਾਈ ਵੀ ਜਵਾਈਆਂ ਵੜ ਕੇ ਹੀ ਹੁੰਦਾ। ਉਹ ਤੂੰ ਘਬਰਾਈ ਨਾ, ਜਿਹੜੀ ਆਈ ਪਸੰਦ ਉਹਦੇ ਤੇ ਉਂਗਲ ਰੱਖਦੀ, ਜੱਗਰ ਤੇਰੇ ਨਾਲ ਖੜਾ। ਲੈ ਫਿਰ ਖਿੱਚ ਲਓ ਤਿਆਰੀ ਚਵਾਰਾ ਪਾਉਣ ਦੀ, ਉਹ ਮੈਂ ਤੇ ਮੇਰੀ ਘਰ ਵਾਲੀ ਤਾਂ ਚਵਾਰੇ 'ਚ ਪਿਆ ਕਰਾਂਗੇ। ਹੋਰ ਹੋ ਗਿਆ ਕਰਦੇ ਨੂੰ। ਹਾਂ ਰਾਤ ਨੂੰ ਸਲਾਹ ਨੀ ਕਰੀਦੀ, ਪਰ ਮੈਂ ਜਾਣਾ ਸਵੇਰੇ ਤੇਰੇ ਸੌਰੀ, ਉੱਥੇ ਤਾਂ ਮੈਨੂੰ ਲੱਗਦਾ ਖਾਸੀਆਂ ਕੁੜੀਆਂ ਹੋਣਗੀਆਂ। ਮੈਨੂੰ ਕਿਹੜੀ ਜੱਚੀ, ਮੈਨੂੰ ਕਿਵੇਂ ਪਤਾ ਲੱਗੂ? ਉਹ ਭਰਾਵਾ, ਤੇਰਾ ਦਿਲ ਦੱਸੂ, ਦਿਲ ਦੀ ਸੁਣ ਲਈ। ਬਾਈ, ਦਿਲ ਦੀ ਤਾਂ ਸੁਣ ਲੂੰਗਾ, ਪਰ ਮੈਂ ਕੁੜੀ ਨੂੰ ਕਹੂੰਗਾ ਕੀ? ਕਹੀਂ ਵੀ ਆਹੀ ਜੱਟੀ ਜੱਟ ਨੂੰ ਪਸੰਦ ਆ ਤੇ ਇਹੀ ਜੱਟ ਨੇ ਵਿਆਹਣੀ ਆ। ਪਰ ਜੇ ਬਾਈ ਉੱਥੇ ਉਹਦਾ ਭਾਈ ਭੂਈ ਹੋਇਆ ਫੇਰ? ਫੇਰ ਕੀ ਆ, ਫੈਂਟੂ ਅਗਲਾ। ਐ ਕਿਵੇਂ ਫੈਂਟੂ, ਆ ਬੰਦੂਕ ਕਾਹਦੇ ਵਾਸਤੇ ਰੱਖੀ ਆ? ਤਾਲੇ ਦੇ ਵਿੱਚ ਦੀ ਮੋਗਾ ਨਹੀਂ ਕਰ ਦੂੰ। ਆਹੋ, ਇਹ ਜੱਟ ਚੜ ਜੂ, ਤੂੰ ਫਾਂਸੀ ਚੜ ਜੀ। ਸੋਨਿਓ ਕਿ ਨਹੀਂ ਮੈਂ ਆਵਾਂ ਉੱਤੇ? ਬੀਬੀ, ਬਸ ਆਉਂਦੀ ਸਿਆਲ ਨੂੰ ਤੇਰੇ ਪੋਤੇ ਦੀ ਲੋੜੀ ਵੰਡ ਦੇਣੀ ਆ। ਹਾਂ ਸੱਚ, ਰੱਬਾ ਜਾਂ ਤਾਂ ਹੁਣ ਮੇਰਾ ਵਿਆਹ ਕਰਾ ਦੇ, ਨਹੀਂ ਤਾਂ ਜਿਨ੍ਹਾਂ ਦੇ ਹੋਏ ਨੇ ਸੜਿਆਂ ਤੇ ਉਹਨਾਂ ਦੇ ਵੀ ਤੋੜ ਦੀ। ਕੀ ਕਿਹਾ? ਤੁਹਾਨੂੰ ਛੱਡ ਕੇ ਕਹਿ ਰਿਹਾ। ਚੱਲ ਬੀਬੀ, ਚੱਲੀਏ ਤਾਰੋ ਭਾਬੀ ਦੇ ਪੇਕਿਆਂ ਨੂੰ, ਤੇਰੇ ਗਿਰਧਾਰੀ ਦੀ ਬਹੂ ਵੀ ਉੱਥੋਂ ਹੀ ਆਉਣੀ ਆ। ਬੇਬੇ, ਜਦੋਂ ਚੱਕਿਆ ਨਾ ਤੇਰੀ ਨੂੰਹ ਨੇ ਘੁੰਡ, ਸਾਰੇ ਪਿੰਡ ਦੇ ਕਾਲਜ ਵੱਜ ਜਾਣੇ ਆ। ਮੱਚੀ ਜਾਣ ਦੇ, ਇਹੋ ਜਿਹੇ ਸੜਦੇ ਹੁੰਦੇ ਨੇ। ਬੇਬੇ, ਉਹ ਵੈਸੇ ਕਿਵੇਂ ਲੱਗੀ ਤੇਰੀ ਨੂੰਹ? ਪੁੱਤ, ਬਹੁਤੀ ਤਾਂ ਤੇਰੀ ਕੂੰ ਜਰਗੀ ਆ, ਪਰੀਆਂ ਤੋਂ ਵੀ ਵੱਧ ਆ। ਅੱਛਾ, ਬਸ ਤੂੰ ਇਹਦਾ ਖਿਆਲ ਰੱਖੀ। ਬੇਬੇ, ਮੈਂ ਤਾਂ ਇਹਨੂੰ ਕੱਚ ਦੇ ਸਮਾਨ ਵਾਂਗੂ ਸਾਫ ਸਾਫ ਰੱਖੂੰਗਾ, ਫਿਕਰ ਨਾ ਕਰ। ਗਿਰਦਾਰੀ, ਕਿੱਥੇ ਗਵਾਚਿਆ ਫਿਰਦਾ? ਇੱਧਰ ਮੁੰਡਾ ਮੇਰੇ ਪਿੰਡ ਨੂੰ ਲੱਗਦਾ ਦਿਮਾਗ ਨਹੀਂ ਗਿਆ ਤੇਰਾ। ਉਹ ਮੈਂ ਬੀਬੀ ਨਾਲ ਗੱਲੀ ਪੈ ਗਿਆ ਸੀ, ਗੱਲੀ ਪਿਆ ਸੀ ਨਾਲੇ। ਹੋਰ ਚੱਲ ਚੱਲ, ਹੁਣ ਨਾਲ ਨਾਲ ਰਹੀ। ਓ ਗਰਦਾਰੀ, ਓ ਕੁਛ ਖਾ ਪੀ ਲੈ, ਸੁਣ ਜਾਈ ਬੈਠਾ। ਓ ਕਦੂਆ, ਸਾਲਾ ਤੂੰ ਬਾਈ ਦਾ ਸਾਲਾ ਬਣ ਕੇ ਰਹਿ, ਮੈਂ ਵੱਡਾ ਤੇਰੇ ਤੋਂ।
ਮੱਗਰ ਸਿੰਘ ਸੰਧੂ ਨਾਂ ਹੈ ਮੇਰਾ। ਜੋ ਕੁਛ ਮੇਰੀ ਸੇਵਾ ਚ ਪੇਸ਼ ਕਰਨਾ ਨਾ ਇੱਥੇ ਹੀ ਕਰ। ਗੁੱਦੂ ਵੀਰੇ, ਸੇਵਾ ਚ ਕੋਈ ਕਸਰ ਨਹੀਂ ਰਹਿਣੀ ਚਾਹੀਦੀ। ਦਿਓਰ ਮੇਰਾ ਰਾਜਿਆਂ ਨਾਲੋਂ ਘੱਟ ਨਹੀਂ। ਭੈਣੇ, ਤੇਰੇ ਰਾਜੇ ਦਿਓਰ ਲਈ ਕੋਈ ਕੁੜੀ ਲੱਭੀ ਜਾਂ ਨਹੀਂ? ਜਿਹੜੀ ਗੁੱਤ ਦੇ ਪਰਾਂਦੇ ਚ ਸ਼ੀਸ਼ੇ ਜੜ ਕੇ ਰੱਖਦੀ ਹੋਵੇ ਤੇ ਉਹਨਾਂ ਸ਼ੀਸ਼ਿਆਂ ਦੀ ਲਿਸ਼ਕੋਰ ਮੇਰੇ ਮੂੰਹ ਤੇ ਪੈਂਦੀ ਹੋਵੇ। लड्डू जलेबिया तो उठ के चक ना होए, आखे सेवा कर दो मेरी। हवा कर दा आपके भाई दे सोरे करे आगे। जिदियां बाहां रंग बिरंगियां चूड़ियां दे नाल भरियां हो ਤੇ ਮੈਂ ਉਹਨੂੰ ਉਹਦੀਆਂ ਚੂੜੀਆਂ ਵਰਗੀ ਇੱਕ ਸਤਰੰਗੀ ਪੀਂਘ ਪਾ ਕੇ ਦੇਵਾਂ। ਹੁਣ ਸਹੁਰੇ ਤੇ ਸਾਲੀਆਂ ਇਹਦੇ ਲਈ ਤਾਂ ਬੀਤੇ ਜੁਗ ਦੀਆਂ ਬਾਤਾਂ ਨੇ। ਓਏ ਰਸਗੁੱਲਿਆ ਜਿਹਾ, ਇੰਨੀਆਂ ਕੌੜੀਆਂ ਗੱਲਾਂ, ਉਹ ਤੇਰੇ ਲਈ ਤਾਂ ਜੱਟ ਜੁਗ ਪਲਟਾ ਦੇ। ਸੰਗ ਕਰ ਕਾਕਾ। ਉਹ ਮਾਸੜਾ, ਜਿਹੜੇ ਜਵਾਨੀ ਵੇਲੇ ਸੰਗ ਕਰਦੇ ਆ ਨਾ, ਬੁਢਾਪੇ ਚ ਇਹੋ ਜਿਹਾ ਚੰਨ ਚਾੜਦੇ ਆ ਵੀ ਬੁੜੀਆਂ ਕਹਿੰਦੀਆਂ ਨੇ ਦੇਖ ਚੌਰੇ ਨੂੰ ਕਿਵੇਂ ਜਵਾਨੀ ਚੜੀ ਹੈ। ਓ ਜਾ ਵੇ, ਟਲ ਜਾ, ਮੈਨੂੰ ਲੱਗਦਾ ਨਹੀਂ ਸਾਬਤਾ ਮੁੜਦਾ ਪਿੰਡ ਨੂੰ, ਤੂੰ ਕਿਵੇਂ ਉੱਧੜਦਾ ਹੀ ਤੁਰਿਆ ਜਾਂਦਾ। ਹੁਣ ਕੱਲਾ ਥੋੜੀ ਮੁੜੂੰਗਾ, ਤੁਹਾਡੇ ਦੋਹਾਂ ਚੋਂ ਇੱਕ ਨੂੰ ਨਾਲ ਲੈ ਕੇ ਜਾਊਂਗਾ। ਕੀ ਕਿਹਾ? ਦੋਹੇ ਪਸੰਦ ਨੇ ਮੈਨੂੰ। ਧਰਮ ਨਾਲ ਤੇਰੇ ਵਰਗੀ ਤਾਂ ਗੋਰੀ ਚਿੱਟੀ ਨਿੱਕਰ ਜੱਟੀ ਮੈਂ ਅੱਜ ਤੱਕ ਦੇਖੀ ਹੋਈ ਨਹੀਂ। ਤੇ ਆ ਆਹ ਤੇ ਜਮਾ ਮੱਖਣ ਦਾ ਪੇੜਾ ਏ ਪੇੜਾ। ਪਾਪੀ ਕਰ ਕੁਝ ਲਾ ਦੇ ਗੱਲ ਸਰੇ। ਓਏ ਇਧਰ ਚੱਕੀ ਬਾਈ, ਮੇਲੇ ਚ ਮਰੂਦਾਂ ਲਈ ਕੌਣ ਝਾਕਦਾ? ਵੈਸੇ ਤੁਸੀਂ ਹੈ ਕੌਣ? ਨਾਜਰ ਵੈਲੀ ਕਹਿੰਦੇ ਨੇ ਮੈਨੂੰ, ਸਰਜੀਤ ਦਾ ਭਾਈ ਤੇ ਇਹ ਵਰਸ਼ਾ ਜਿੰਦਰ ਦਾ ਭਾਈ। ਬਾਈ ਇਹ ਜਿੰਦਰ ਬਾਈ ਤੇ ਸਰਜੀਤ ਬਾਈ ਹੈ ਕੌਣ? ਨਾਲੇ ਵੈਸੇ ਇਹਨਾਂ ਦੀ ਪੂਸ ਤੇ ਪੈਰ ਧਰਤਾ ਹੈ ਸਾਲਾ, ਕਿਵੇਂ ਮੁੱਕਰਦਾ? ਜਿਨ੍ਹਾਂ ਨੂੰ ਨਿੱਗਰ ਤੇ ਮੱਖਣ ਦੇ ਪੇੜੇ ਦੱਸਦਾ ਸੀ ਨਾ, ਉਹ ਸਰਜੀਤ ਤੇ ਜਿੰਦਰ ਨੇ। ਅੱਛਾ, ਉਹ ਬਾਈ ਮੈਂ ਤਾਂ ਉਹਨਾਂ ਦੀਆਂ ਸਿਫਤਾਂ ਕੀਤੀਆਂ ਨੇ, ਵਾਲੀਆਂ ਸੋਹਣੀਆਂ ਨੇ ਤੁਹਾਡੀਆਂ ਭੈਣਾਂ। ਬਾਈ ਹੈ ਕਿਵੇਂ ਪੌਂਕਦਾ? ਜੇ ਮੇਰੀ ਭੈਣ ਵੱਲ ਅੱਖ ਚੱਕ ਵੀ ਵੇਖਿਆ ਅੱਖ ਕੱਢ ਦੂੰ, ਤੇ ਜੇ ਮੇਰੀ ਭੈਣ ਵੱਲ ਪੈਰ ਵੀ ਪੱਟਿਆ ਨਾ ਤੇ ਲੱਤ ਵੱਢ ਦੂੰ। ਚੱਲ ਆ, ਸਮਝ ਗਏ? ਠੰਡਾ ਰਿਹਾ ਸਾਲੇ, ਗੱਲਾਂ ਵਾਲੇ ਲੱਗਦੇ ਆ। ਜੇ ਕਿਤੇ ਹੁੰਦੇ ਨਾ ਜੱਗਰ ਬਾਈ ਵਾਂਗੂ ਪਹਿਲੀ, ਮੈਨੂੰ ਵੱਢ ਨਾ ਦਿੰਦੇ। ਅੱਛਾ ਤਾਂ ਤੂੰ ਐ ਸੁਰਜੀਤ? ਆਹੋ, ਤੇਰੀ ਤਾਰੋ ਭਾਬੀ ਦੇ ਮਾਮੇ ਦੀ ਕੁੜੀ। ਆ ਪੀਲੇ ਲੜਿਆ ਚ ਨਾ ਨੇਰੀ ਪ੍ਰਿੰਟ ਲੱਗਦੀ ਐ। ਹਾਏ ਸੱਚੀ? ਲੈ ਨਹੀਂ ਤਵਾਰ ਤਾਂ ਲੜਕੇ ਦੇਖ ਲੈ। ਕਿੱਥੇ? ਹਾਂ ਇੱਥੇ। ਹਟ, ਸ਼ਦਾਈ ਜਾ ਨਾ ਹੋਵੇ। ਏ ਕਿੰਨਾ ਮਿੱਠਾ ਬੋਲਦੀ ਐ, ਮੈਨੂੰ ਲੱਗਦਾ ਨਾ ਤੇਰੀਆਂ ਗੱਲਾਂ ਸੁਣ ਕੇ ਨਾ ਗੰਨਿਆਂ ਚ ਰਸ ਪੈਂਦਾ ਹੋਣਾ। ਐਵੇਂ ਨਾ ਗਪੌੜ ਮਾਰੀ ਜਾ। ਲੋ ਲੋ, ਗਪੌੜ ਕਾ ਦੇ, ਮੈਨੂੰ ਲੱਗਦਾ ਨਾ ਤੈਨੂੰ ਕਿਸੇ ਨੇ ਹਲੇ ਤੱਕ ਪਛਾਣਿਆ ਹੀ ਨਹੀਂ। ਤੂੰ ਬਾਹਰੋਂ ਤਾਂ ਲੱਗਦੀ ਆ ਆਕੜ ਖੋਰੀ, ਪਰ ਅੰਦਰੋਂ ਹੈਗੀ ਆ ਮੇਰੀ ਮੋਹ। ਧਰਮ ਨਾਲ ਨੇਮ ਚ ਕਾਲਾ, ਆ ਵਿਆਹ ਚ ਨਾ ਤੇਰੇ ਤਾਂ ਕੋਈ ਪੈਰ ਅਰਗੀ ਵੀ ਹੈ ਨਹੀਂ। ਫੂਕ ਛਕਾਉਣਾ ਮੈਨੂੰ? ਲਾ ਛਕਾਉਣੇ ਹੋਣਗੇ ਤਾਂ ਤੈਨੂੰ ਛਕਾਵਾਂਗੇ ਗੁਲਗਲੇ। ਤੇ ਹੋਰ ਕੀ ਕਰੇਗਾ ਮੇਰੇ ਵਾਸਤੇ? ਤੈਨੂੰ ਤਾਂ ਹੱਥਾਂ ਤੇ ਚੱਕ ਕੇ ਬੁੱਚੀਆਂ ਪਾਉਂਗਾ। ਬੁੱਚੀਆਂ ਪਾਉਂਦਾ ਰਹਿੰਦਾ ਨੀ ਮੁੰਡਾ ਮੁਟਿਆਰ ਦੀਆਂ। ਬੁੱਚੀਆਂ ਤਾਂ ਮੈਂ ਸੰਗਦੇ ਨੇ ਉਹੀ ਕਹਿਦਾ, ਕਹਿਣਾ ਤਾਂ ਬਸ ਹੋਰ ਸੀ। ਕੀ? ਆ ਛੱਡ, ਉਹ ਵਿਆਹ ਤੋਂ ਮਗਰੋਂ ਕਹੂੰ। ਹੁਣ ਤਾਂ ਬਸ ਇੰਨਾ ਦੱਸ ਦੇਣਾ ਵੀ ਤੇਰੇ ਤਰ੍ਹਾਂ ਜੀ ਹੱਥ ਤੇ ਕੋਲਾ ਧਰ ਦਈਏ, ਉਹ ਵੀ ਸੋਨੇ ਦੀ ਡਲੀ ਬਣ ਜੇ। ਵੇ ਹੋਲੀ, ਬੱਚਾ ਵੀਰ ਹੈ ਮੇਰਾ, ਜਾਨੋ ਮਾਰ ਦੂ ਤੈਨੂੰ। ਉਹਨੇ ਕੀ ਮਾਰਨਾ ਨੀ, ਕਤਲ ਤਾਂ ਮੈਨੂੰ ਤੇਰੀਆਂ ਅੱਖਾਂ ਨੇ ਕਰਤਾ। ਹੁਣ ਆ ਲਾਸ਼ ਨੂੰ ਮਾਰ ਕੇ ਉਹਨੇ ਗਾਹ ਪਟਿਆਲੇ ਵਾਲੇ ਰਾਜ ਤੋਂ ਹਾਥੀ ਨਾਮ ਚ ਲੈਣਾ। ਓਏ ਓਏ, ਮਾਥੀਆਂ ਚੋਂ ਵੀ ਖਸੂ ਆਉਣ ਲਾ ਦੀ, ਕੁੜੀ ਕਾਹਦੀ ਆ ਇੱਤਰ ਫਲੇਲ ਦੀ ਸੀਸੀ ਹੋਈ ਆ। ਤੇਰਾ ਦਿਓਰ ਮੈਨੂੰ ਪੱਟਣ ਨੂੰ ਫਿਰਦਾ। ਸਾਡਾ ਗਿਰਦਾਰੀ ਹੈ ਤਾਂ ਸਿੱਧਾ,
पर देख ले जमीन सोनी होंदी है। जमीन दा ता पता नहीं पर जमीर दा बहुत सोना है तेरा देव। जिंदर गिरदारी किने लग्या? ठीक थी बा, एड्डी कोई खास गल नहीं पर तेरी अखा तो कहंदियां ने कि साडा गिरदारी खासो खास है। आशक ना विंग वाले विच पाकी गल्ला करदे ने पर तुहाडे वाला इह तां सिद्धा ही इही जी गल मारदा है कि जन हत्थां च आ जांदी है। हाँ साडा गिरदारी है तां बड़ा सिद्धा। एना भी सिद्धा नहीं हैगा, पुठे कमां वाले उहनूं सारा कुछ पता। ओ वेखो मतलब नहीं होना। नहीं नहीं जेठू भाई, मेरे कहने का मतलब था उही सी। भाई कुड़िया कादिया ने चुंबके ने जिधर नु जादिया ने मैं तो उधर नु खिचया जाना मतलब। सुरजीत जिंदर दोनों ही पसंद ने, जेड़ी मानती करा दो मैं इतने कट दू धरती। ठंड रख जगरा गिरदारी बंदा बन के पिंड नू भग जा। फिर मैं दोहां कुड़ियां नहीं ना ही समझा। ओ तू जा भाई। एक करी कुड़ी उन ता पूछ लो। गिरदारी चंगिया कुड़िया सी बेबे सरजीत ते जिंदर, मैं तो उन्होंने दिल से ना भी लिखा लिया सी, पर मैं लगता वो तेरे पुतले बनिया ही नहीं सी। बापू रसा हैगा? हालने ना ना घर वाली नू पींग पाके देनी है। आ देख ले पींगा पापा दंदा है ते तू? ओ बापू ये पींगा ही पापा दंदा, झूठे तो कोई होर ही लैंदा। मरू कन देख भौंकी जांदा है बुग ऐ बोली जांदा है। अच्छा कब दिया मने मुनिया मेरी चुलसनिया है चुलसला। बापू दाल तो बड़ी स्वाद बनी है पर ले ढिड ओ जिदे प्यो दा सीना छलनी होया पिया होवे ना ओदा ढिड दा जहर नाल ही भरू। ओ जहर नाल ढिड भरया नहीं भरया तू किवें दसेगा? जहर खा के तू मर नहीं जाएगा। वे चुप नहीं करदा बेअकला जा। ओ खड़ जा भाभी। बापू सही जी मैनू दस तेरा सीना कड़ा छलनी हो गया चंगा भला दा बैठा तू। वे जेड़ी तेरे नाल कुत्ते खाने तारो भैन दे पेकियां ने कीती है ना ओ गल करके बापू दुखी आ। अच्छा ही आहो जेड़ी ओथे सित खे पवा के आया ना इथे सारे पिंड च तू तो होई पइया है। मैं शरीके च दस किनू मुंह दिखावा? अड्डी बड़ी गल हो गई बापू सिंह जी। आहो कुड़े जीत गुरे ओ भाई तू पेके दा जाणी है जणेपे खातर इहनू भी नाल ले जी नाले ते तैनू छड्डिया उ नाले इथे दी तोए तोए तो बचू। ओ ले बापू सिंह जी मेरी तो पहले ही भाभी नाल टी सटी लगी हुई है मैं तो जाना ही जाना। भाभी सिंह जी इसे खुशी दे विच सट के ओ शक्कर नाल लिबड़ के दो रोटियां होर।
8 ਤਾਂ ਤੂੰ ਪਹਿਲਾਂ ਹੀ ਲਪੇਟ ਚੁੱਕਿਆ। ਉਹ ਕਿਉਂ ਕੋਈ ਬੋਰਡ ਛੱਡੀ ਜਾਨੀ ਆ ਭਾਬੀ, ਹਲੇ ਤਾਂ ਮਸਾ 9 ਖਾਧੀਆਂ ਮੈਂ। ਵੇ ਕਮਲਿਆ, 8 9 ਤੋਂ ਘੱਟ ਹੁੰਦੀਆਂ ਨੇ। ਓਸ਼ਾ ਹੀ ਇਹਦਾ ਅਕਲ 3 ਦਾ ਵੇਰੀ ਐ। ਪਰ 13 ਦਾੜੀਆਂ ਬਾਪੂ ਸਿੰਘ ਜੀ, ਤੂੰ ਗਿਰਦਾਰੀ ਹੋ ਰਹੇਗਾ ਗਿਰਦਾਰੀ। ਸਤਿ ਸ੍ਰੀ ਅਕਾਲ ਸਲੀਮੋ ਤਾਈ, ਜਿਉਂਦੀ ਰਹਤੀ ਏ, ਸੁਖੀ ਬਸੇ। ਆ ਜਾ ਜੀਤ, ਪ੍ਰਾਹੁਣੇ ਵਾਸਤੇ ਦਾਣੇ ਪਵਾ ਲੈ। ਇਹ ਮੇਰਾ ਪ੍ਰਾਹੁਣਾ ਨੀ ਤਾਈ, ਇਹ ਤਾਂ ਮੇਰਾ ਜੇਠ ਆ। ਅੱਛਾ, ਨੀ ਉਹੀ ਅਬਿੰਬੜ ਜਾ ਜਿਹਨੇ ਤੇਰਾ ਸਾਕ ਮੋੜਿਆ ਸੀ। ਉਹੀ ਆ, ਇਹਦਾ ਘਰ ਵਾਲਾ ਤਾਂ ਭੰਗੀ ਆ। ਮੈਂ ਤਾਂ ਸਿੱਧਾ ਸਾਦਾ, ਉਹ ਇਹ ਸਾਕ ਕਰਾਉਣਾ ਹੁਣ ਕਰਾ ਲਾ, ਹੁਣ ਨੀ ਮੋੜਦਾ। ਇਹਦਾ ਕਿਵੇਂ ਝੇਡਾਂ ਕਰਦਾ ਭਾਈ ਦੇ ਸਹੁਰੀ ਆ ਕੇ। ਇਹਦਾ ਇੰਨਾ ਕੀ ਦਿਮਾਗ ਆ ਤਾਈ? ਇਹ ਤਾਂ ਲੱਗ ਗਿਆ ਮੈਨੂੰ ਪਤਾ ਗੱਲਾਂ ਸੁਣ ਕੇ। ਹੁਣ ਤੂੰ ਲੱਡੂ ਖਵਾਉਣ ਲਈ ਤਿਆਰ ਹੋ ਜਾ, ਮੁੰਡਾ ਹੀ ਹੋ। ਤੈਨੂੰ ਕਿਵੇਂ ਪਤਾ? ਮੈਨੂੰ ਬਖਸ਼ ਅੱਲਾ ਤਾਲਾ ਦੀ, ਮੈਨੂੰ ਸਭ ਪਤਾ ਲੱਗ ਜਾਂਦਾ ਕੀ ਹੋਣਾ। ਅੱਛਾ, ਫਿਰ ਦੱਸ ਮੇਰਾ ਵਿਆਹ ਕਦੋਂ ਹੋਊਗਾ ਤੇ ਕਿੱਥੇ ਹੋਊਗਾ? ਤੁਰਦਾ ਨੀ, ਇੱਥੇ ਡੇਰਾ ਲਾ ਕੇ ਬਹਿ ਗਿਆ। ਦੇ ਉਹਦਾ ਜਵਾਬ ਬੁੜੀਏ। ਕਦੋਂ ਹੋਊ ਕਿੱਥੋਂ ਹੋਊਦਾ ਤਾਂ ਮੈਨੂੰ ਪਤਾ ਨੀ। ਕੁੜੀਏ ਨੂੰ ਇਹੋ ਜਿਹੀ ਮਿਲੂ, ਖੜ ਖੜ ਲੋਕੀ ਦੇਖਣਗੇ ਨਾਲੇ ਲੋਕੇ ਵੀ ਆਹ ਹੋਰ ਪਰੀ ਕਿੱਥੋਂ ਲਿਆਇਆ। ਇਹਦੀ ਭੈਣੋ ਸਾਲਾ ਸਾਡੇ ਪਿੰਡੋਂ ਨਾ ਲੈ ਜੇ ਕਿਸੇ ਨੂੰ ਪੱਟ ਕੇ। ਉਹ ਥੋਲੂ, ਤੂੰ ਆਪਣੀ ਭੈਣ ਦਾ ਧਿਆਨ ਰੱਖੀ। ਚੱਲ ਓਏ, ਉਹ ਦਹੀਂ ਲਿਆ ਮੈਂ ਨਾਲਾ। ਲਿਆਈ ਲਿਆਈ ਮੈਂ ਲੈਣਾ। ਲੈ ਲੈ ਬਾਈ। ਲਿਆ ਬਾਈ। ਫੇ ਮੇਰੇ ਨਾਲ ਵਿਆਹ ਨਹੀਂ ਕਰਾਉਣਾ? ਕਰਾਉਣਾ? ਮੈਂ ਪੰਡਤਾਂ ਦਾ ਮੁੰਡਾ ਤੇ ਤੂੰ ਜੱਟਾਂ ਦੀ ਕੁੜੀ, ਕਿਸੇ ਨੇ ਕਰਨਾ ਹੀ ਨਹੀਂ ਆਪਣਾ। ਆਹੋ, ਜੀਜੇ ਨੇ ਵੀ ਹਾਂ ਨਹੀਂ ਕਰਨੀ। ਜੇ ਮੇਰੇ ਮਾਂ ਪਿਓ ਜ਼ਿੰਦਾ ਹੁੰਦੇ ਨਾ ਤੇ ਸ਼ਾਇਦ ਹਾਂ ਕਰ ਦਿੰਦੇ। ਹੁਣ ਤਾਂ ਸਾਰੀ ਜ਼ਿੰਦਗੀ ਕੰਮੋਂ ਦੇ ਕੰਮ ਹੀ ਕਰਨੇ ਆ ਮੱਗਰ ਸਿਆ, ਉਹ ਵੀ ਗਿਰਧਾਰੀ ਲਾਲ ਬਣ ਕੇ। ਉਹ ਜਦੋਂ ਜਾਇਆ ਕਰੂਗੀ ਕੰਮੋਂ ਪੱਠੇ ਵੱਢਣ। ਨੀ ਤੇਰੇ ਨਾਲ ਨਾਲ ਚੱਲੂ ਨੀ ਗਿਰਧਾਰੀ ਲਾਲ, ਸ਼ਾਵਾ ਨੀ ਗਿਰਧਾਰੀ ਲਾਲ। ਮੰਨ ਮੇਰੀ, ਇਹੀ ਕਰਨਾ ਪੈਣਾ। ਦੇਖ ਲਾ, ਮਰਜ਼ੀ ਆ ਤੇਰੀ। ਜੇ ਤੂੰ ਇਹ ਕਰ ਸਕਦੀ ਆ ਤਾਂ ਮੈਂ ਤੇਰੇ ਨਾਲ। ਇਹੀ ਕਰਨਾ ਪੈਣਾ ਜੇ ਸਾਰੀ ਉਮਰ ਇਕੱਠੇ ਰਹਿਣਾ ਤਾਂ। ਠੀਕ ਆ ਫਿਰ। ਕੰਮੋ ਨੂੰ ਬਿਠਾ ਲਿਆ ਕਰਨਾ ਗੱਦੀ ਤੇ ਮੁੰਡਾ ਸਾਡਾ ਬੈਠਿਆ ਕਰੂ ਡੰਡੇ ਤੇ। ਤੜਕੇ ਹੀ ਨਿਕਲ ਜਾਇਆ ਕਰਨਾ ਵਾ, ਆਥੜੇ ਨੂੰ ਮੁੜਿਆ ਕਰਾਂਗੇ ਘੁੰਮ ਫਿਰ ਕੇ। ਗਿਰਧਾਰੀ ਲਾਲ ਸ਼ੁਕਰਾ ਬਾਬੇ ਦਾ ਮੈਂ ਇਕੱਲਾ ਹੀ ਸੀ। ਜੇ ਕਿਤੇ ਕੰਮੋਂ ਹੁੰਦੀ ਜਾ ਜਾਂਦੀ ਹੋ ਜਾਣੀ ਸੀ। ਵਿਚਾਰੀ ਦਾ ਹੱਥ ਪੈਰ ਟੁੱਟ ਜਾਂਦਾ। ਰੋਟੀ ਮੈਨੂੰ ਬਣਾਉਣੀ ਪਿਆ ਕਰਨੀ ਸੀ। ਹਾਏ ਓਏ,
रोटी पुसनो रखी चल तेरे हथ तो मैं बिना गिने दिन रात खा सकदा वे हौली बोल एहो जियां गल्ला मलकड़े खुसर फुसर करके करदे हुंदे ने ओ शाही फिर ऐ कर मक्खण नाल चोपड़ के राड़ियां होईयां लेके आ बाकी दियां गल्लां बाद च करांगे डंगर आले चाजी बीबी तेरे पुत्र नूं डंगर आले च बुलाउंदी आ कल्ले नूं देखी कुछ उच्चा नहीं मैना हो जे हाय ਕਹਿੰਦਾ ਸੀ ਗਰਦਾਰੀ ਕਹਿੰਦਾ ਮੇਰੀ ਭਾਬੀ ਦਾ ਖਿਆਲ ਰੱਖਿਓ ਪੂਰੀ ਸੇਵਾ ਕਰਿਓ ਇਹ ਬਿੰਬੜ ਜਿਹਾ ਇੰਨੀਆਂ ਸਿਆਣੀਆਂ ਗੱਲਾਂ ਕਿਵੇਂ ਕਰ ਗਿਆ ਮੈਨੂੰ ਕੀ ਪਤਾ ਤੂੰ ਜਾਣੇ ਤੇ ਤੇਰਾ ਦਿਓਰ ਨਹੀਂ ਉਹ ਜੇਠ ਹੈ ਇਹਦਾ ਕੰਮੋ ਇੱਕ ਰੋਟੀ ਦੇ ਕੇ ਜਾਈ ਕੀ ਕਿਹਾ ਉੱਚੀ ਬੋਲ ਆਏ ਕਿਉਂ ਬੋਲਦਾ ਜਿਵੇਂ ਮੂੰਹ ਸੀਤਾ ਹੁੰਦਾ ਭਾਬੀ ਮੇਰੇ ਪੁੱਤ ਦੀ ਉਹ ਟੰਗੜਾਈ ਜਾਂਦੀ ਹੈ ਬੰਦੇ ਦੀ ਵਿੱਚ ਰੋਟੀ ਦੇ ਕੇ ਜਾਇਓ ਇੱਕ ਜਾ ਦੇ ਆ ਨੇੜੇ ਆ ਜਾ ਤੇਰੇ ਹੋਰ ਕਿੰਨਾ ਨੇੜੇ ਆਵੇਂਗਾ ਦਿਲ ਚ ਕਰ ਪਾ ਲਿਆ ਤੂੰ ਹਾਏ ਇਦਾਂ ਨਾ ਕਹਿ ਮੈਨੂੰ ਹੋਰ ਹੋਰ ਜਿਹਾ ਹੁੰਦਾ ਕਿੰਨੀਆਂ ਕਾਲੀਆਂ ਨੇ ਨੇੜੇ ਆਉਣ ਦੀਆਂ ਹੁਣ ਆਰਾਮ ਨਾਲ ਗੱਲ ਕਰ ਬਥੇਰੀ ਹੋ ਗਈ ਖੁਸਰ ਫੁਸਰ ਜੀ ਕਰਦਾ ਤੈਨੂੰ ਖਿੱਚ ਕੇ ਕੋਲ ਨੂੰ ਕਰ ਲਾ ਤੈਨੂੰ ਗੱਟ ਗੱਟ ਕਰਕੇ ਪੀ ਜਾ ਮੈਂ ਵੇਖੋ ਜੀਆਂ ਗੱਲਾਂ ਕਿੱਥੋਂ ਸਿੱਖੀਆਂ ਨੇ ਉਹ ਸੱਥ ਚ ਸਾਰੇ ਇਹ ਜੀਆਂ ਗੱਲਾਂ ਕਰਦੇ ਆ ਬੁੜੇ ਜਿਆਦੇ ਕਰਦੇ ਆ ਹਾਏ ਮੈਂ ਮਰ ਜਾਵਾਂ ਉਹ ਸੱਚੀ ਉਹ ਤਾਂ ਤੀਵੀਂ ਦੀ ਅੱਖ ਨਾਲ ਤਲਾਸ਼ੀ ਲੈਂਦੇ ਆ ਝੂਠਾ ਸੌ ਲੱਗੇ ਵੱਟੇ ਮਹਾਰਾਜ ਦੀ ਅੱਛਾ ਇੱਕ ਗੱਲ ਦੱਸ ਹਾਂ ਤੂੰ ਸੱਚੀ ਮੈਨੂੰ ਪਸੰਦ ਕਰਦਾ ਉਹ ਮੈਨੂੰ ਤਾਂ ਬਾਲੀ ਜੱਜ ਕੇ ਤੂੰ ਮੈਂ ਤੇਰੇ ਜੀਜੀ ਨਾਲ ਕੱਲ ਵੀ ਗੱਲ ਕਰ ਲੈਣੀ ਆ ਵਿਆਹ ਦੀ ਇੱਕ ਬੁੱਗੀ ਲੈ ਲਵਾਂ ਤੇਰੀ ਬੇ ਸ਼ਰਮਾ ਵਿਆਹ ਤੋਂ ਪਹਿਲਾਂ ਬੁੱਗੀਆਂ ਲਵੇਂਗਾ ਜੀਜੇ ਨਾਲ ਗੱਲ ਕਰੇਗਾ ਫੇਰ ਨਹੀਂ ਹੋਣਾ ਵਿਆਹ ਜੇ ਵਿਆਹ ਕਰਵਾਉਣਾ ਹੈ ਤਾਂ ਮੈਨੂੰ ਭਜਾ ਕੇ ਲੈ ਜਾ ਭਜਾ ਕੇ ਕਿਉਂ ਲੈ ਜਾਣਾ ਉਹ ਮੈਂ ਠੋਕ ਕੇ ਗੱਲ ਕਰੂੰਗਾ ਆਪਣੇ ਵਿਆਹ ਦੀ ਤੇਰੇ ਜੀਜੇ ਨਾਲ ਫੇਰ ਨਹੀਂ ਹੋਣਾ ਵਿਆਹ ਮੇਰਾ ਜੀਜਾ ਤੈਨੂੰ ਪੂਰਾ ਪਸੰਦ ਨਹੀਂ ਕਰਦਾ ਜੀਤੋ ਦਾ ਸਾਖ ਮੋੜਤਾ ਸੀ ਤਾਂ ਕਰਕੇ ਓਸ਼ੇ ਹਾਂਜੀ ਲੈ ਠੀਕ ਆ ਫਿਰ ਮੈਂ ਉਹਨਾਂ ਨੂੰ ਕਹਿ ਦੂੰਗਾ ਵੀ ਤੁਸੀਂ ਤਾਂ ਵਿਆਹਣੀ ਨਹੀਂ ਜੱਟ ਲੈ ਚੱਲਿਆ ਕੰਮ ਨੂੰ ਕੱਢ ਕੇ ਕਮਲਿਆ ਕਦੇ ਕਦੇ ਮੈਨੂੰ ਲੱਗਦਾ ਹੈ ਕਿ ਤੇਰੇ ਖੋਪੜ ਵਿੱਚ ਨਾ ਦਿਮਾਗ ਨਹੀਂ ਪਾਇਆ ਰੱਬ ਨੇ ਜੋ ਮਰਜ਼ੀ ਆ ਮੈਂ ਤਾਂ ਦੱਸ ਕੇ ਭਜਾਉਂਗਾ ਨਾ ਤੈਨੂੰ ਤੇਰੀ ਬੀਬੀ ਦੀ ਸੌਂ ਲੋ ਹੁਣ ਬੀਬੀ ਦੀ ਸੌਂ ਬਹੁਤ ਹੀ ਬੀਬੀ ਦੀ ਸੌਂ ਨਹੀਂ ਮੈਂ ਤੋੜਦਾ ਨਹੀਂ ਤਾਂ ਮੇਰੀ ਮਰੀ ਹੋਈ ਬੀਬੀ ਨਾ ਮੈਨੂੰ ਮਿਲਣ ਨਹੀਂ ਆਉਂਦੀ ਠੀਕ ਹੈ ਫਿਰ ਹੁਣ ਕੱਲ ਰਾਤ ਤਿਆਰ ਰਹੀ ਕਿਤੇ ਮੁੱਕਰ ਨਾ ਜਾਈ ਲੈ ਜੱਟ ਤਾਂ ਮਰਦਾ ਮਰ ਜੂ ਮੁੱਕਰ ਤਾਂ ਨਹੀਂ ਬੀਬੀ ਭੜਕਦਾ ਤੇਰਾ ਪੁੱਤ ਹੁਣ ਨਹੀਂ ਵੱਜਦਾ ਗਰਦਾਰੀ ਚਾਹ ਮਾਰ ਲੈ ਅੱਖਾਂ ਕੱਲ ਨੂੰ ਅੱਖਾਂ ਵਿੱਚ ਕਸੂਨ ਦੇ ਕੇ ਰੋਵੇਗਾ ਕੀ ਕਿਹਾ ਕੁਛ ਨਹੀਂ ਚਾਹ ਕੁਛ ਦੂਜੂ ਕਿਆ ਲੱਗਦਾ ਵਾ ਮੇਰੇ ਮੂੰਹ ਚ ਭਿੱਜੀ ਪਈ ਆ ਕੰਮੋ ਪਸੰਦ ਆ ਤੈਨੂੰ ਸੰਗ ਕਰ ਨਿਆਣੀ ਆ ਹਜੇ ਨਿਆਣੀ ਨਿਊਣੀ ਨੀ ਤੇਰੇ ਤੋਂ ਵੀ ਜ਼ਿਆਦਾ ਚੰਟਾ ਉਹ ਅੰਦਰੋਂ ਤਾਂ ਮੈਂ ਵੀ ਨਿਆਣਾ ਹੀ ਆ ਕਰਾਂ ਫਿਰ ਵੀਰੇ ਨਾਲ ਵਿਆਹ ਦੀ ਗੱਲ ਹੈ ਕਮੀਨਾ ਲੈ ਦੱਸ ਵਿਆਹ ਨਹੀਂ ਕਰਾਉਣਾ ਨਿਆਣੀ ਹੈ ਲੈ ਨਿਆਣੀ ਹੈ ਐਨੀ ਵੀ ਨਿਆਣੀ ਨਹੀਂ ਵਿਆਹ ਨਾਲੀ ਤਾਂ ਹੋਈ ਪਈ ਆ ਤੇਰੇ ਨਹੀਂ ਲੱਛਣ ਵਿਆਹ ਕਰਾਉਣ ਦੇ ਹੁਣ ਆਪਣਾ ਵਿਆਹ ਨਹੀਂ ਹੋਣਾ ਭਾਬੀ ਨੂੰ ਤਾਂ ਨਾ ਕਰਤੀ ਮੈਂ ਤਾਂ ਤੇਰੀ ਆ ਅੱਜ ਰਾਤੀ ਆਪਾਂ ਭੱਜ ਜਾਣਾ ਯਾਰ ਭੱਜਣਾ ਕਿਉਂ ਹੈ ਜਦੋਂ ਭਾਬੀ ਤਾਂ ਵਿਆਹ ਲਈ ਤਿਆਰ ਹੈ ਹਾਏ ਮੈਂ ਦੱਸਿਆ ਸੀ ਨਾ ਮੇਰਾ ਜੀਜਾ ਤੈਨੂੰ ਪੂਰਾ ਪਸੰਦ ਨਹੀਂ ਕਰਦਾ ਇਹ ਤਾਂ ਭੱਜਣਾ ਹੀ ਪੈਣਾ ਮੈਨੂੰ ਲੱਗਦਾ
ओए उठ, ओए उठ। हाली जी वाच बोली, बन जा मेरे जा, ते ले जा मैनू, चल उठ। सवेरे चलांगे, सौ लड़ दे उड़। सौनु तो सारी उम्र पई है, चल उठ जा। कल तो सौना थोड़ी है। ओहो, उठ चल। है, कुछ क्या? कुछ नहीं, हाली उतर। ਮਾਰਦਾ ਵੀ ਜੱਟ ਲੈ ਚੱਲਿਆ ਕੱਟ ਕੇ ਮੈਂ ਲਾਦਾ ਪਾ ਠੀਕ ਨਹੀਂ ਕਰ ਰਹੇ ਸਭ ਠੀਕ ਹੈ ਤੂੰ ਜਲਦੀ ਚੱਲ ਉਹ ਵੈਸੇ ਆ ਤਾਂ ਨਜ਼ਾਰਾ ਗਿਆ ਰਾਤ ਦਾ ਵੇਲਾ ਤੂੰ ਤੇ ਮੈਂ ਹੁਣ ਤਾਂ ਬਸ ਕੋਈ ਜੰਡ ਆ ਜਾਵੇ ਨਾ ਮੈਂ ਤੇਰੇ ਪੱਟ ਦਾ ਸਰਾਣਾ ਲੈ ਕੇ ਸੌ ਜਾਵਾਂ ਤੇ ਮੈਂ ਤੇਰੇ ਹੱਡ ਤੋੜਦਾ ਤੂੰ ਇੱਥੇ ਕਰਦਾ ਓਏ ਕੁੜੀ ਵੀ ਤਾਂ ਕਰਨਾ ਆ ਦੱਸ ਬਈ ਧੰਨਵਾਦ ਭਰਾਵਾ ਮੈਨੂੰ ਘਰੋਂ ਲੈ ਕੇ ਆਉਣ ਲਈ ਹੁਣ ਸ਼ੂਟ ਵੱਟ ਜਾ ਪਿੰਡ ਨੂੰ ਮੈਂ ਸਮਝਿਆ ਨਹੀਂ ਬੱਲੇ ਓ ਗਰਦਾਰੀ ਤੂੰ ਹਲੇ ਤੱਕ ਨਹੀਂ ਸਮਝਿਆ ਓਏ ਮੇਰੀ ਆ ਮੇਰੇ ਨਾਲ ਜਾਊ ਜੇ ਤੇਰੀ ਆ ਫਿਰ ਮੇਰੇ ਨਾਲ ਕਿਉਂ ਆਈ ਆ ਕਿਉਂਕਿ ਮੇਰੇ ਤੇ ਕੋਈ ਸ਼ੱਕ ਨਹੀਂ ਕਰੂ ਤੇ ਇਹਦਾ ਜੀਜਾ ਹੁਣ ਤੇਰੇ ਹੱਡ ਜ਼ਰੂਰ ਭੰਨੂ ਇਹਦਾ ਮਤਲਬ ਜੋ ਤੂੰ ਕਿਹਾ ਉਹ ਸਭ ਝੂਠ ਸੀ ਇਹ ਤਾਂ ਫਿਰ ਮਾੜੀ ਗੱਲ ਹੋਈ ਨਾ ਪਰ ਜੇ ਹੁਣ ਮੇਰੇ ਨਾਲ ਆਈ ਹੈ ਜਾਏਂਗੀ ਵੀ ਮੇਰੇ ਨਾਲ ਹੀ ਕਿੱਥੇ ਤੇਰੇ ਪਿੰਡ ਨਾ ਇਹ ਮੇਰੇ ਭਾਈ ਦੇ ਸਾਲੇ ਦੀ ਸਾਲੀ ਹੈ ਉਸ ਘਰ ਦੀ ਇਮਾਨਤ ਹੈ ਉੱਥੇ ਹੀ ਜਾਊਗੀ ਕੀ ਕਰੇਂਗਾ ਓਏ ਬੱਲੀ ਬੱਲੀ ਇਹਨੂੰ ਛੱਡ ਦੇ ਸਿਧਰਾ ਜਿਹਾ ਹੈ ਆਪਾਂ ਚੱਲਦੇ ਹਾਂ ਨਾ ਸਿਧਰੇ ਤੇ ਸਿੱਧੇ 'ਚ ਬੜਾ ਫਰਕ ਹੁੰਦਾ ਮੈਂ ਸਿੱਧਾ ਹੈ ਤੇ ਮੇਰੇ ਹੁੰਦੇ ਕੋਈ ਪੁੱਠਾ ਕੰਮ ਨਹੀਂ ਹੋ ਸਕਦਾ ਕੀ ਕਰ ਲੇਗਾ ਤੂੰ ਜੱਟ ਦਾ ਪੁੱਤ ਆ ਸੁਹਾਗਾ ਮਾਰ ਕੇ ਜ਼ਮੀਨ ਪੱਧਰੀ ਕਰ ਦੇਈਦੀ ਆ ਤੂੰ ਤਾਂ ਚੀਜ਼ ਹੀ ਕੀ ਆ ਬੀਬੀ ਚੱਕ ਦਾ ਫੱਟੇ ਸੜੇ ਦੇ ਹੁਣ ਤਾਂ ਤੈਨੂੰ ਮੇਰਾ ਕੀਤਾ ਹੋਇਆ ਜ਼ਹਿਰ ਵਰਗਾ ਲੱਗਦਾ ਹੋਊ ਪਰ ਇੱਕ ਗੱਲ ਯਾਦ ਰੱਖੀ ਜਿਹੜਾ ਹੱਕ ਨਾਲ ਤੈਨੂੰ ਘਰ ਤੁਲ ਜਾਣ ਦੀ ਹਿੰਮਤ ਨਹੀਂ ਨਾ ਰੱਖਦਾ ਉਹ ਪਿਆਰ ਕੀ ਨਿਭਾਊਗਾ ਤੇਰੇ ਵਰਗੀ ਕੁੜੀ ਲਈ ਤਾਂ ਬੰਦਾ ਮੌਤ ਨਾਲ ਮੱਥਾ ਲਾ ਲੇ ਇਹ ਸਾਲਾ ਘਰਦਿਆਂ ਨਾਲ ਗੱਲ ਨਹੀਂ ਕਰ ਸਕਿਆ ਚੰਗਾ ਭਾਬੀ ਸਿੰਘ ਜੀ ਮੈਂ ਚੱਲਦਾ ਆਪਦੇ ਪਿੰਡ ਨੂੰ ਬਥੇਰਾ ਦੇਖ ਲਿਆ ਤੇਰਾ ਪਿੰਡ ਆ ਕੀਤੀ ਨਾ ਮਰਦਾਂ ਵਾਲੀ ਗੱਲ ਗਰਦਾਰੀ ਨੇ ਜਾ ਜਾ ਕੇ ਖੁਦ ਛਾਲ ਮਾਰ ਕੇ ਮਰ ਜਾ ਬਾਪੂ ਓ ਬਾਪੂ ਓ ਬਾਪੂ ਸਿੰਘ ਜੀ ਉਦੋਂ ਕੀ ਕਹਿੰਦਾ ਸੀ ਪਿਛਲੀ ਵਾਰੀ ਤੇਰਾ ਸੀਨਾ ਜਿਹਾ ਕੀ ਹੋ ਗਿਆ ਸੀ ਛਲਣੀ ਛਲਣੀ ਹੁਣ ਤੇਰਾ ਸੀਨਾ ਚੌੜਾ ਨਹੀਂ ਹੋਇਆ ਬਈ ਮੇਰਾ ਪੁੱਤ ਮੱਗਰ ਸਿਉਂ ਇੰਨਾ ਚੰਗਾ ਕੰਮ ਕਰਕੇ ਆਇਆ ਨਾ ਦੰਦੀਆਂ ਕੱਢਣੇ ਵਾਲੀ ਕੀ ਗੱਲ ਆ ਲੋਕ ਵੀ ਮੇਰੇ ਪੁੱਤ ਦੇ ਸਾਲੇ ਐਡੇ ਖਰਾਬ ਨੇ ਨਾ ਮਾੜੀ ਗੱਲ ਦੇ ਉੱਤੇ ਵੱਡੂ ਖਮ ਕਰਨ ਨੂੰ ਜਾਂਦੇ ਨੇ ਤੇ ਚੰਗੀ ਗੱਲ ਦੇ ਉੱਤੇ ਸਾਲਾ ਕੋਈ ਸਾਬਾ ਸੇ ਨਹੀਂ ਦਿੰਦਾ ਚਾਚਾ ਚਾਚਾ ਕਈ ਵੇਲੀ ਆ ਉਹ ਛੱਡ ਕੇ ਹੀ ਨੂੰ ਤੂੰ ਦੱਸ ਤੇਰੀ ਬੇਬੇ ਵੇਲੀ ਆ ਕਿਉਂ ਕੀ ਕਰਾਉਣਾ ਮੇਰੇ ਬਾਪੂ ਦੀਆਂ ਲੱਤਾਂ ਘਟਾਉਣੀਆਂ ਸੀ ਹੋਰ ਨੀ ਕਹ ਹੋਰ ਨੀ ਕਹੋ ਸਾਲੇ 24 ਘੰਟੇ ਮੰਗਣ ਤੁਰੇ ਰਹਿੰਦੇ ਆ ਬਾਪੂ ਤਾਂ ਝਾਕਦਾ ਹੀ ਰਹਿਣਾ ਉੱਧਰ ਮੈਂ ਮਰ ਜੂਗਾ ਮੈਨੂੰ ਤਾਂ ਭੂਤ ਘਰੀ ਖੜੇ ਨੇ ਭੂਤ ਨੀ ਤੈਨੂੰ ਜਮਦੂਤ ਘਰੀ ਖੜੇ ਨੇ ਇੰਨਾ ਨਸ਼ਾ ਕੀਤਾ ਹੋਇਆ ਉੱਤੋਂ ਲੱਡੂ ਖਾਈ ਜਾਂਦਾ ਉਹ ਕੋਈ ਨਿੰਬੂ ਨੂੰਬੂ ਚੱਟ ਲਾ ਓਏ ਤਾਂ ਤੇਰੇ ਸਹੁਰੇ ਤੋਂ ਆਈ ਹੈ ਭਾਜੀ ਮੇਰੇ ਸਹੁਰੇ ਤੋਂ ਮੈਂਸ ਵੀ ਆਈ ਹੈ ਕੱਲੂ ਕਹੇਗਾ ਮੈਂ ਉਹ ਖਾਣੀ ਤੇਰੇ ਵਰਗੇ ਭੰਗੀ ਨਾ ਜਾਂ ਰੋਂਦੇ ਜਾਂਦੇ ਆ ਜਹਾਨ ਤੋਂ ਜਾਂ ਹੱਸਦੇ ਜਾਂਦੇ ਆ ਜੱਠੂ ਭਾਈ ਆ ਮੈਂ ਜਿਹੜਾ ਕੁਛ ਜੱਗਰ ਬਾਈ ਦੇ ਸਹੁਰੇ ਕੀਤਾ ਨਾ ਇਹ ਸਾਰਾ ਕੁਛ ਆਪ ਹੀ ਹੋ ਗਿਆ ਮੈਥੋਂ ਆ ਰੂੜੇ ਦੇ ਸਹੁਰੇ ਵੀ ਆਪ ਹੀ ਹੋ ਗਿਆ ਹੋਣਾ ਹੈ ਉਹੀ ਤਾਂ ਗੱਲ ਆ ਬਾਈ ਮੈਨੂੰ ਨਾ ਚੰਗੇ ਮਾੜੇ ਦੀ ਸਮਝ ਨਹੀਂ ਲੱਗਦੀ ਹੈਗੀ ਜੇ ਭਲਾ ਦੀ ਚੰਗਾ ਵੀ ਬੰਦਾ ਕਰਦਾ ਤੇ ਮਾੜਾ ਵੀ ਬੰਦਾ ਕਰਦਾ ਫਿਰ ਬੰਦਾ ਇਕੱਲਾ ਚੰਗਾ ਹੀ ਕਿਉਂ ਨਹੀਂ ਕਰਦਾ ਚੰਗਾ ਤਾਂ ਦੇਵੀ ਦੇਵਤੇ ਕਰਦੇ ਆ ਤੇ ਫਿਰ ਬੰਦੇ ਬਣਾਉਣ ਦੀ ਕੀ ਲੋੜ ਆ ਰੱਬ ਨੂੰ ਇਕੱਲੇ ਦੇਵੀ ਦੇਵਤੇ ਹੀ ਬਣਾਉਣੇ ਚਾਹੀਦੇ ਆ ਲੈ ਵੇ ਤੂੰ ਤਾਂ ਦਿਨੋ ਦਿਨ ਸਿਆਣਾ ਹੋਈ ਜਾਣਾ ਹੁਣ ਤਾਂ ਲੱਗਦਾ ਸਾਕ ਕਰਾਉਣਾ ਹੀ ਪਊ ਸੱਚੀ ਭਾਬੀ ਲੈ ਹੋਰ ਕੀ ਮੈਂ ਤਾਂ ਜਿਹੜੇ ਬੋਲ ਕਰਤੇ ਪੁਗਾ ਕੇ ਹਟੂ ਲੈ ਫਿਰ ਖੱਟ ਲੈ ਪੁੰਨ ਭਾਬੀ ਮੈਨੂੰ ਲਿਆ ਦੇ ਕੋਈ ਨਾਭੇ ਦੀ ਬੋਤਲ ਅਰਗੀ ਹੁਣ ਤਾਂ ਸਮਝ ਲੈ ਗੱਲ ਪੱਕੀ ਹੋਇਆ ਕੁੜੀ ਨਾਭੇ ਦੀ ਹੋਇਆ ਮੇਰੀ ਭਾਬੀ ਦੀ ਛੋਟੀ ਭੈਣ ਕੁਲਜੀਤ ਕੁਲਜੀਤ ਕੁਲਜੀਤੋ ਮੈਂ ਕੀ ਕਰੂੰਗਾ ਨੀ ਕੁਲਜੀਤੇ ਕੀ
सोच जाना पुत खासा कुछ कुलजीत बारे ते दुनिया बारे कुलजीत दा ता आउण वाला वेला ही दसो तू दुनिया दी दस दुनिया ता मेरे पुत दी कलोटी आ बीबी किवें दुनिया ओहो जी नहीं आगी जहजी होनी चाहिदी आ इत्थे सारा कुछ पुट्ठा ही हुंदा अपने आप नु ओहो जिया बनाइए जिहो जिया असी दूजियां नु देखना ते सुनना चाहुंदे आ हां मावां किन्नियां सोहणियां गल्लां दसदियां बीबी फिर भी पता नहीं रब उन्हां नु क्यों लै जांदा मेरे नाल तां धक्का ही होया रब तैनू लै गया जे तू हुंदी ना बीबी मैं अजिहा नहीं सी होना मैं ਭਾਬੀ ਕਦ ਚੱਲੀਏ ਫਿਰ ਤੇਰੇ ਵੇਖ ਕੇ ਆਰੂੰ ਤੂੰ ਕਹਿ ਕੇ ਆਪਣੀ ਭਰਜਾਈ ਨੂੰ ਸੱਦ ਲਈ ਰਾਬੇ ਵਾਲੀ ਨੂੰ ਵੀ ਉੱਥੇ ਹੀ ਹੈ ਬਈ ਤੂੰ ਤਾਂ ਬਾਹਲਾ ਹੀ ਤੱਤਾ ਹੁੰਦਾ ਚੱਲਾਂਗੇ ਛੇਤੀ ਬਈ ਮੈਂ ਤਾਂ ਜਿੱਦਣ ਜਾਣਾ ਨਾ ਮੈਂ ਤਾਂ ਗੱਡਮਾ ਜਿਹਾ ਕੁੜਤਾ ਚਾਦਰਾ ਪਾ ਕੇ ਬੰਨ ਕੇ ਤੁਰਲੇ ਵਾਲੀ ਪੱਗ ਆ ਵਿਹੜੇ ਦੇ ਵਿੱਚ ਖੜੇ ਹੋ ਕੇ ਕਹਿਣਾ ਵੀ ਹੈ ਭਾਬੀ ਦੇ ਪੇਕੇ ਜਾਣ ਦਾ ਸੱਦਾ ਆ ਗਿਆ ਕੁੜੇ ਵੇਲੇ ਨਾਲ ਤਿਆਰ ਹੋ ਜਾਇਓ ਦੋ ਤਿੰਨ ਵਜੇ ਲਾਂਬੂ ਲਾਉਣਾ ਮੈਂ ਉਹ ਸੰਤ ਕੇ ਵੀ ਬੋਲਦਾ ਉਹਦੇ ਵੀ ਤਾਂ ਨਾਨਕੇ ਸੀ ਕੁੜੇ ਉਹ ਤਾਂ ਤਾਏ ਦੀ ਸੁੱਖ ਨਾਲ ਉਮਰ ਖਾਸੀ ਸੀ ਵੱਡਿਆਂ ਦਾ ਤਾਂ ਸਹਾਰਾ ਹੁੰਦਾ ਵੇ ਸਾਨੂੰ ਕੀ ਦੇ ਸਾਰੇ ਛੱਡ ਕੇ ਤੁਰ ਗਿਆ ਮਾਮਲਾ ਨਾ ਤੈਨੂੰ ਕਾਹਦਾ ਚਾ ਚੜਿਆ ਵੇ ਮੇਰਾ ਦਾਦਾ ਪੂਰਾ ਹੋ ਗਿਆ ਭਾਬੀ ਇਸ ਦੁੱਖ ਦੀ ਘੜੀ ਦੇ ਵਿੱਚ ਨਾਬੇ ਵਾਲੀ ਆਊਗੀ ਸਾਰੇ ਆਈ ਪਿਆ ਤੇਰਾ ਲੀੜੇ ਬਦਲੋ ਆਪਾਂ ਬਾਪੂ ਨੂੰ ਲਾਂਬੂ ਲਵਾਉਣ ਵੀ ਜਾਣਾ ਕਈ ਵਾਰੀ ਤਾਂ ਬਾਬਾ ਐਂ ਲੱਗਦਾ ਜਿਵੇਂ ਮੋਢੇ ਤੇ ਹੀ ਬੈਠਾ ਹੁੰਦਾ ਤੂੰ ਇੰਨੀ ਛੇਤੀ ਸੁਣੀ ਮਗਰ ਸਿਆ ਬਦਲਣਾ ਕੱਪੜੇ ਨਾਪੇ ਵਾਲੀ ਨੂੰ ਮਿਲਣ ਜਾਣਾ ਆਪਾਂ ਚੱਲੀਏ ਫਿਰ ਅੱਜ ਤੁਸੀਂ ਰਹੋ ਅੱਜ ਇੱਥੇ ਫਿਰ ਆਪਾਂ ਕੀ ਕਰਨਾ ਹੈ ਤੂੰ ਨਾਲ ਨਹੀਂ ਗਿਆ ਲਿਆ ਪੁੱਤ ਮੈਂ ਵੀ ਕਿਉਂ ਪਤਾ ਤਾਂ ਹੈ ਤੈਨੂੰ ਭਾਬੀ ਚੱਲ ਜਾ ਮਿੱਦੀ ਨਾ ਜਾਈ ਬੇਬੇ ਕੀ ਆ ਭਾਬੀ ਮੈਂ ਮੂਰਖਾ ਜਨਾਨੀਆਂ ਚ ਵੜ ਕੇ ਨੀ ਬੈਠੀ ਦਾ ਹੁੰਦਾ ਕੁਲਜੀਤ ਵਰਗੀ ਕੁੜੀ ਨੂੰ ਪੱਟਣ ਵਾਸਤੇ ਨਾਲ ਸਿਆਣੀਆਂ ਗੱਲਾਂ ਕਰਨੀਆਂ ਪੈਣੀਆਂ ਨੇ ਤੂੰ ਤਾਂ ਉਹਦੇ ਕੰਨਿਆ ਝਾਕਦਾ ਜਿਵੇਂ ਸਾਬਤੀ ਨੂੰ ਮੂੰਹ 'ਚ ਪਾ ਜਾਏਗਾ ਉਹ ਭਾਬੀ ਸੁਨੱਖੀ ਉਹ ਵਾਲੀ ਆ ਮੈਨੂੰ ਤਾਂ ਆਹ ਘਰ ਵਿਆਹ ਵਾਲਾ ਲੱਗੀ ਜਾਂਦਾ ਕਿਤੇ ਮੁੜ ਨਾ ਜਾਵੇ ਉਹਨੂੰ ਰੋਕ ਲੈ ਭਾਬੀ ਵੀ ਉਹ ਤਾਂ ਭੋਗ ਤਾਂ ਕੈਥੀ ਰਹੂ ਤੂੰ ਵੀ ਨਾ ਪਿੰਡ ਨੂੰ ਮੁੜੀ ਚੰਗੇ ਚੰਗੇ ਕੰਮ ਕਰਕੇ ਉਹਦਾ ਧਿਆਨ ਖਿੱਚ ਆਪਣੇ ਕੰਨੀ ਨਾਲੇ ਐਂ ਪਤਾ ਕਰ ਵੀ ਉਹਨੂੰ ਕੀ ਪਸੰਦ ਹੈ ਕੀ ਨਹੀਂ ਪਰ ਕੀ ਤੂੰ ਪਤਾ ਕਰਾਂ ਮੈਂ ਦੱਸ ਦਿੰਦੀ ਹਾਂ ਮੈਨੂੰ ਸ਼ੱਕਰ ਪਾਰੇ ਇਮਲੀ ਰੱਜ ਕੇ ਸੋਣਾ ਰੋੜੇ ਖੇਡਣਾ ਤੇ ਪਿੰਗ ਚਿੱਟਣਾ ਪਸੰਦ ਆ ਓਸ਼ਾ ਮੈਨੂੰ ਗੋਲੀਆਂ ਖੇਡਣਾ ਗੁੱਲੀ ਡੰਡਾ ਮਿੱਸੀ ਰੋਟੀ ਤੇ ਬੀਬੀ ਨਾਲ ਗੱਲਾਂ ਕਰਨੀਆਂ ਚੰਗੀਆਂ ਲੱਗਦੀਆਂ ਮੈਨੂੰ ਚੁਗਲੀਆਂ ਚੰਗੀਆਂ ਨਹੀਂ ਲੱਗਦੀਆਂ ਮੈਨੂੰ ਪੁੱਠਾ ਬੋਲਣਾ ਚੰਗਾ ਨਹੀਂ ਲੱਗਦਾ ਅੱਖ ਮਾਰਨ ਵਾਲੇ ਬੰਦੇ ਤੇ ਮੈਨੂੰ ਭੋਰਾ ਪਸੰਦ ਨਹੀਂ ਮੈਨੂੰ ਚਾਲੂ ਜਨਾਨੀਆਂ ਜਮਾਂ ਨਹੀਂ ਜੱਚਦੀਆਂ ਮੈਨੂੰ ਨਿਤ ਨਹਾਉਣਾ ਬਿਮਾਰੀ ਲੱਗਦੀ ਆ ਮੈਂ ਤਾਂ ਨਹਾਉਂਦਾ ਹੀ ਸੰਕ੍ਰਾਂਤੀ ਸੰਕ੍ਰਾਂਦਾ ਚੱਲ ਝੂਠਾ ਸੌਂ ਲੱਗੇ ਸੌਂ ਕੇ ਦੇਖ ਲਾ ਕਿਉਂ ਮੈਂ ਕੀ ਸੰਗਾ ਮੈਂ ਕੀ ਤੇਰੀ ਘਰ ਵਾਲੀ ਆ ਫਿਰ ਬਣ ਜਾ ਮੇਰੀ ਘਰ ਵਾਲੀ ਕੁੜੇ ਦੇ ਭੋਗ ਦੇ ਨਾਲ ਹੀ ਲਾਵਾ ਲੈ ਲਾਂਗੇ ਮਸਕਰੀਆਂ ਕਰਦਾ ਸੀ ਉਹ ਬੋਲ ਹੁਣ ਉਹ ਬਾਪੂ ਸੱਚੀ ਸੌਂ ਲੱਗੇ ਮੈਨੂੰ ਬੀਬੀ ਦੀ ਮੈਨੂੰ ਪਤਾ ਹੀ ਨਹੀਂ ਸੀ ਵੀ ਵਿਆਹ ਜੀ ਗੱਲ ਇੰਨੀ ਜ਼ੋਰ 'ਚ ਨਹੀਂ ਕਰਦੇ ਉਹ ਤੂੰ ਕਿਉਂ ਹਰੇਕ ਥਾਂ 'ਤੇ ਨੱਕ ਵਢਾਉਣ ਦੀ ਸੋਚ ਕੇ ਆਉਂਦਾ ਹੁੰਦਾ ਸੰਗ ਸ਼ਰਮ ਹੈ ਨਹੀਂ ਤੈਨੂੰ ਲੈ ਜੇਠੂ ਬਾਈ ਇਹਦੇ ਸੰਗ ਵਾਲੀ ਕੀ ਗੱਲ ਹੈ ਮੈਨੂੰ ਕੁਲਜੀਤ ਪਸੰਦ ਹੈ
ਕੁਲਜੀਤ ਕੌਰ ਗਿੱਲ ਹੈ ਮੇਰੀ ਭੈਣ ਦਾ ਨਾਂ ਓਸ਼ਾ ਜੀ ਅੱਜ ਤੱਕ ਜਿੰਨੀਆਂ ਵੀ ਮਿਲੀਆਂ ਨੇ ਨਾ ਕੁਲਜੀਤ ਕੌਰ ਗਿੱਲ ਦੇ ਤਾਂ ਕੋਈ ਪੈਰ ਵਰਗੀ ਵੀ ਹੈ ਨਹੀਂ ਵੇ ਤੂੰ ਮੈਨੂੰ ਕਿਤੇ ਨਜ਼ਰ ਹੀ ਨਾ ਲਾ ਦੀ ਹਾਏ ਵੇ ਤੇਰਾ ਤਾਂ ਆਵਾ ਹੀ ਉੱਤਿਆ ਪਿਆ ਕੀ ਕਰ ਬੋਲਦਾ ਮੇਰੀ ਜੁਆਕੜੀ ਬਾਰੇ ਤੇਰੇ ਅਰਗੇ ਬਿੱਜੂ ਨਾਲ ਤਾਂ ਮੈਂ ਉਹੀ ਨਾ ਕਰਾਂ ਆਪਦੀ ਕੁੜੀ ਦਾ ਸਾਥ ਸਾਡਾ ਦਾਦਾ ਮਰਿਆ ਇਹਨੂੰ ਆਸ਼ਕੀਆਂ ਸੋਚਦੀਆਂ ਗਰਦਾਰੀ ਮਾਫੀ ਮੰਗ ਸਾਰਿਆਂ ਤੋਂ ਤੇ ਥੜਕੇ ਨੂੰ ਪਿੰਡ ਨੂੰ ਬਗ ਜੀ ਮਾਫੀ ਮੂਫੀ ਰਹਿਣ ਦਿਓ ਹੁਣੇ ਦਬੱਲੋ ਇਹਨੂੰ ਜੱਠੂ ਭਾਈ ਮਾਫੀ ਕਿਹੜੀ ਗੱਲ ਦੀ ਇਹੋ ਜਿਹਾ ਮੈਂ ਕੀ ਕਰਤਾ ਮੈਂ ਕਿਹੜਾ ਕੋਈ ਲੁੱਚੀ ਗੱਲ ਕੀਤੀ ਆ ਉਹ ਚੁੱਪ ਕਰ ਜਾ ਖਸਮਾ ਮੈਂ ਕਰਾਵਾਂ ਚੁੱਪ ਜੀਜੇ ਦੇ ਮੂੰਹ ਨੂੰ ਚੁੱਪਾਂ ਹੱਦ ਹੋ ਗਈ ਤੁਹਾਡੇ ਸਾਰਿਆਂ ਦੀ ਕਿਵੇਂ ਹੱਥ ਧੋ ਕੇ ਮਗਰ ਪਏ ਨੇ ਵਿਚਾਰੇ ਦੇ ਇਹਨੇ ਕਿਸੇ ਕੋ ਤੇਰਵੀਂ ਕਰਤੀ ਤੂੰ ਚੁੱਪ ਕਰ ਕੁਲਜੀਤੇ ਹੈ ਕੁਲਜੀਤ ਕੌਰ ਗਿੱਲ ਮੈਂ ਰੱਖਣਾ ਮਾਰੂ ਇੱਕ ਤੇਰੇ ਮੈਂ ਤੂੰ ਚੁੱਪ ਨਹੀਂ ਕਰਦਾ ਕਿਉਂ ਤੁਹਾਨੂੰ ਬੋਲਣਾ ਆਉਂਦਾ ਅਗਲੇ ਨੇ ਕਹਿਤੀ ਜੋ ਦਿਲ ਚਾਹੀ ਮੈਂ ਕਿਹੜਾ ਗਾਹਾਂ ਦੀ ਇਹਨਾਂ ਲਾਵਾਂ ਲੈ ਕੇ ਚੱਲੀ ਹਾਂ ਪੈਰ ਤਾਂ ਪੱਟ ਜੇ ਡੱਕਰੇ ਨਾ ਕਰਤੇ ਤਾਂ ਕਹੀਂ ਅੱਛਾ ਕਾਕਾ ਵਾਲੀ ਬਚਦਾ ਫਿਰ ਤੂੰ ਵੀ ਨਹੀਂ ਹੈਗਾ ਜਿਹੜਾ ਕੁਲਜੀਤ ਕੌਰ ਗਿੱਲ ਨੂੰ ਹੱਥ ਲਾਊਗਾ ਨਾ ਉਹਨੂੰ ਤਾਂ ਮੈਂ ਛਿੱਲ ਕੇ ਧਰ ਦੂੰ ਹੋਏ ਕੁਲਜੀਤ ਵਰਗੀਆਂ ਕੁੜੀਆਂ ਤਾਂ ਹਰ ਘਰ 'ਚ ਹੋਣੀਆਂ ਚਾਹੀਦੀਆਂ ਨੇ ਇਹੋ ਜਿਹੀਆਂ ਕੁੜੀਆਂ ਤਾਂ ਹਨੇਰੇ 'ਚ ਦੀਵੇ ਵਾਂਗੂ ਜਗਦੀਆਂ ਨੇ ਖਰਜਾ ਮੈਂ ਤੇਰੀ ਵੱਡੇ ਸਾਰੇ ਸੋਰੀ ਮਗਰਾ ਹਾਂ ਯਾਰ ਹੁਣ ਤਾਂ ਤੈਨੂੰ ਵੀ ਪਤਾ ਲੱਗ ਗਿਆ ਹੋਣਾ ਬਈ ਇਸ਼ਕ ਦੇ ਗਨਾਹ ਸਾਲੇ ਦੋਵੇਂ ਇੱਕੋ ਜਾਤ ਦੇ ਨੇ ਬੰਦੇ ਨੂੰ ਆਪਦਾ ਜਾਂ ਬਣਾ ਕੇ ਕਿਸੇ ਜੋਗਾ ਨਹੀਂ ਛੱਡਦੇ ਮੈਨੂੰ ਲੱਗਦਾ ਬਾਪੂ ਤੇਰਾ ਸੀਨਾ ਐਤਕੀ ਫੇਰ ਛਲਣੀ ਜਿਹਾ ਹੋ ਗਿਆ ਹੋਣਾ ਮੇਰੇ ਕੀਤੇ ਦਾ ਵੱਡਾ ਹੀ ਸਦਮਾ ਲੱਗਿਆ ਲਾਦਾ ਤੈਨੂੰ ਨਾ ਨਾ ਐਂ ਤਾਂ ਮਰਦਾਂ ਵਾਲਾ ਪੂਰਾ ਕਾਣਾ ਤੇਰੇ 'ਚ ਓਸ਼ਾ ਫਿਰ ਮਿਰਜੇ ਵਾਂਗੂ ਲਿਆਵਾਂ ਕੁਲਜੀਤ ਨੂੰ ਕੱਢ ਕੇ ਹੈ ਬੋਲਾ ਮਿਰਜਾ ਤਾਂ ਵੱਡਦਾ ਸੀ ਅਗਲਿਆਂ ਨੇ ਓਸ਼ਾ ਤਾਗ ਹੁੰਦਾ ਰਜਾਮੰਦੀ ਨਾਲ ਧੱਕੇ ਨਾਲ ਤਾਂ ਕਬਜ਼ੇ ਲੈ ਜਾਂਦੇ ਆ ਸੱਤ ਵਚਨ ਬਾਪੂ ਜੀ ਲੈ ਬਾਈ ਹੁਣ ਮੇਰਾ ਚਿੱਤ ਜਾਗੜ ਗਿਆ ਇਹ ਤੂੰ ਛੜਾ ਨਹੀਂ ਮਰਦਾ ਕਰਤਾਰ ਬਣਾਓ ਤੇਰਾ ਸੰਜੋਗ ਕਰਤਾਰ ਕੌਣ ਬਰਾਲਾ ਓਸ਼ਾ ਹੀ ਕੁਆ ਹੀ ਦਿੰਦੀ ਆ ਫੁੱਫੜ ਨਹੀਂ ਦਿੰਦਾ ਹੁਣ ਤੁਹਾਨੂੰ ਕੀ ਲੈ ਕੇ ਆਏ ਹੋ ਬਾਪੂ ਸਿਰ ਤਾਂ ਪਲੋਸ ਦੇ ਜਿਉਂਦੀ ਰਿਹਾ ਭੈਣੇ ਬੁੱਢ ਸੁਹਾਗਣ ਹੋਵੇ ਤੇਰਾ ਸਿਰ ਤਾਂ ਮੈਂ ਪਲੋਸਣਾ ਇੱਥੋਂ ਵੱਡੀ ਆ ਮੈਂ ਓਸ਼ਾ ਜੀ ਓਏ ਟਾਂਗੇ ਵਾਲੇ ਦਾ ਕਿਰਾਇਆ ਦਵੇਂਗਾ ਕਿ ਤੂੰ ਮੈਂ ਦਵਾਂ ਫੇਰ ਹੁਣ ਓ ਪ੍ਰਾਹੁਣਾ ਭੜਕਾਉਣਾ ਓ ਜੀਜਾ ਅੱਜ ਫੇਰ ਪੀਣੀ ਪਊ ਸਤਿ ਸ੍ਰੀ ਅਕਾਲ ਖੜੇ ਪੈਰੀ ਹੋਇਆ ਸਾਰਾ ਕੁਛ ਅੱਖੇ ਵੇੜੇ ਆਈ ਜੰਨ ਬਿੰਨੋ ਕੁੜੀ ਦੇ ਕੰਨ ਭਾਈ ਮੇਰੀ ਨਣਦ ਦੇ ਵਿਆਹ ਤੇ ਤੁਸੀਂ ਸਾਰਿਆਂ ਨੇ ਆਉਣਾ ਨਾ ਇਹ ਤੜਕੇ ਨੂੰ ਸਾਡੇ ਨਾਲ ਹੀ ਚੱਲਣਗੇ ਕਿਤੇ ਉਹ ਕਹਦੇ ਨੇ ਸਾਡੀ ਤਾਂ ਤਿਆਰੀ ਹੈ ਨਹੀਂ ਸੀ ਲੈ ਜੀਜਾ ਨਵੇਂ ਲੀੜੇ ਲੂੜੇ ਤਾਂ ਸਵਾ ਲੈਣ ਤੇ ਸਾਨੂੰ ਲੈ ਲੀੜੇ ਬਥੇਰੇ ਨੇ ਅਸੀਂ ਤਾਂ ਸਾਰੇ ਨਾਲ ਹੀ ਚੱਲਾਂਗੇ ਉਹ ਗੱਡਾਰੀ ਤੂੰ ਤਾਂ ਮੇਰੇ ਵਾਲਾ ਕੁੜਤਾ ਚਾਦਰਾ ਪਾ ਲਈ ਜਿਹੜਾ ਪੁਰਾਣ ਸਮੇਂ ਆਇਆ ਸੀ ਵਿਸਾਖੀ ਤੇ ਨਾ ਇਹਨੂੰ ਨਹੀਂ ਲੈ ਕੇ ਆਉਣਾ ਵਿਆਹ ਦੇ ਇਹਨੇ ਥਾਂ ਥਾਂ ਥੂ ਥੂ ਕਰਾਉਣ ਦਾ ਠੇਕਾ ਲਿਆ ਪਿਆ ਮੈਂ ਆਪਦੀ ਭੈਣ ਦੇ ਵਿਆਹ ਤੇ ਵੀ ਸਿਆਪਾ ਨਹੀਂ ਪਾਉਣਾ ਯਾਰ ਕੋਈ ਉਹ ਚੱਲ ਸਾਊ ਜਿਵੇਂ ਤੂੰ ਕਹੇਗਾ ਉਵੇਂ ਕਰ ਲਾਂਗੇ ਲੈ ਚੱਕ ਜੀਜਾ ਦੁੱਧ ਓਹ ਤੂੰ ਤਾਂ ਸ਼ਰਾਬ ਜੀ ਉਲਸ ਰਿਹਾ ਓਏ ਤੈਨੂੰ ਬੋਲਣ ਦੀ ਅਕਲ ਨਹੀਂ ਚੋ ਸੁਣਾ ਕੀ ਹੁੰਦਾ ਲੈ ਜੱਠੂ ਭਾਈ ਤੂੰ ਆਪ ਹੀ ਤਾਂ ਕਹਿਣਾ ਹੁੰਦਾ ਵੀ ਦੁੱਧ ਛਕੀ ਦਾ ਹੁੰਦਾ ਤੇ ਸ਼ਰਾਬ ਝੁਲਸੀ ਦੀ ਹੁੰਦੀ ਆ ਲੈ ਓ ਮੇਰੀ ਦਾਰੂ ਪਰਖਦੇ ਹੋ ਯਾਰ ਤੁਸੀਂ ਬੜੀ ਗਾਹ ਮੈਨੂੰ ਬੱਕਰੇ ਨਾਲ ਪਿਆਤੀ ਯਾਰ ਮੈਲੋ ਉੱਠ ਜਿਹੜੇ ਹੁਣੇ ਤਾਂ ਆਇਆ ਤੀ ਮੈਲੀ ਜਾਣ ਦਿੰਦਾ ਉਹ ਪਿਆਰ ਹੈ ਸਾਲਿਆ ਮੈਂ ਤਾਂ ਅੰਦਰ ਜਾਣ ਦੀ ਗੱਲ ਕਰਦਾ ਯਾਰ ਦੇਖੋ ਬਈ ਜਾਂ ਤਾਂ ਮੈਂ ਉੱਠ ਕੇ ਜਾਂਦਾ ਜਾਂ ਇਹਨੂੰ ਕਹੋ ਵਗ ਜੇ ਯਾਰ ਲੈ ਮੈਂ ਵਗ ਜਾਂਦਾ ਮੈਂ ਕਿਧਰੇ ਚੁੰਡੀਆਂ ਵੜਤੀਆਂ ਜੀਜਾ ਮੈਂ ਤਾਂ ਉਂ ਵੀ ਜਾ ਕੇ ਕਬੂਤਰਾਂ ਨੂੰ ਦਾਣਾ ਪਾਉਣਾ ਵਾ ਆਇਆ ਸਰਦਾਰੋ ਲੈ ਭਰੋਈਏ ਨੂੰ ਕਦੇ ਝੋਲਸਲਾ ਦੱਸਦਾ ਕਦੇ ਚੁੰਡੀਆਂ ਵੜਦਾ ਕਹਿੰਦਾ ਕਬੂਤਰਾਂ ਨੂੰ ਸਰਦਾਰੋ ਹੁਣ ਤਾਂ ਇਹਨੂੰ ਜਮੀ ਨਹੀਂ ਲੈ ਕੇ ਆਉਣਾ ਯਾਰ ਉਹ ਮੈਂ ਤਾਂ ਉਂ ਹੀ ਨਹੀਂ ਆਉਣਾ ਹੈਗਾ ਮੈਂ ਤੇ ਬਾਪੂ ਘਰ ਦਾ ਖਿਆਲ ਰੱਖਾਂਗੇ ਕਿਉਂ ਬਾਪੂ ਸਿੰਘ ਜੀ ਨਾ ਬਾਪੂ ਨੂੰ ਤਾਂ ਅਸੀਂ ਨਾਲ ਹੀ ਲੈ ਕੇ ਜਾਣਾ ਅੱਛਾ ਪਰ ਮੈਨੂੰ ਤਾਂ ਕੱਲੇ ਨੂੰ ਘਰੇ ਡਰ ਲੱਗੂਗਾ ਲੈ ਤੂੰ ਬੀਬੀ ਨੂੰ ਬੁਲਾ ਲਈ ਦੋਏ ਮਾਂ ਪੁੱਤ ਬੈਠ ਕੇ ਗੱਲਾਂ ਕਰਿਓ ਰੱਜ ਕੇ ਅੱਛਾ ਜੀ
क्यों बीबी ये गल भी ठीक है ओ गुरदारी हाँ बापू इतने की करी जाना वो आ जीजे का बिस्तरा लाना कहना मैं कोठे से पैना नहीं गल सुन तू कि अपने जीजे की गल का गुस्सा तो नहीं कर गया कि गल का भी वो तेन ब्याह से जाने तो मना कर गया की गल था बापू वो मेरे काम ही गलोटे जिथे जाना उतना पंगा खड़ा कर देना ना 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 ले मेरा पुत जी गल करता है जमा सही करता है वो बड़े दिमाग आलियां दे तेरी गल पल्ले नहीं पैंदी ला बापू वो तू भी बीबी अंगू बड़िया बड़िया छड़न लग गया जाके पै जा मेरे दिमाग च कुछ नहीं हैगा गुस्सा कर गया नाले कुछ होर जदों मेरा ब्याह होया ना मैं तो दूर नेड़े दे सारे रिश्तेदार सद्दू जिहड़े साले नहीं बोलदे ना मेरे नाल वो भी सद्दू वी आ जाओ गिरधारी दा ब्याह है हो ही जाऊगा एक दिन जीजा आ जा जे माड़िया करतूतां ना करदा हुंदा तां अज गड्डे च नाल बैठा हुंदा घर दी निगरानी लई करे कोई सैणा बंदा भी चाहिदा पशुआं नूं कख कंडा कौण पाऊ चल चल बैग जा ओ जा तू मैनूं सब पता तू बंदे अंदर ले जाके उन्हां ना गंदियां गल्लां करदियां हां मैं कन्न ते मारनी तेरे मार जिथे मर्जी रह बारां बूरां डीटी नहीं खेडणी मैं हां आपां खेडी तां ना दियोर भाभी खेडांगे ठीक है भरजाई जिवें तू कहें मैं तेनू मार दू गरदारी मैं कहना खेडन लग गया मारता ओनू जेड़ा घरे बाजी लाई जांदा लाडली कढ़ी दी हैगी पिंड दी धी भैण सब दी सांझी हुंदी आ घर वाली हुंदी आ कल्ले दी जाके ओनू सांभ नाले जे बारह डीटी नहीं खेडनी आउंदी अड्डा खड्डा खेड लिया कर चुल्ले अग ना कड़े दे विच पानी ओ छड़िया दी जून बुरी ओ छड़िया दी जून बुरी हाय ओए मचता ਬਈ ਅੱਗ ਮਚਾਉਣੀ ਵੀ ਰੱਬ ਨੂੰ ਪ੍ਰਗਟ ਕਰਨ ਵਾਲੀ ਉਹ ਗੱਲ ਆ ਹਲੇ ਰੋਟੀ ਲਾਉਣ ਵੇਲੇ ਪਤਾ ਨਹੀਂ ਕੀ ਹੋਊ ਗਿਰਧਾਰੀ ਰੋਟੀ ਲੈ ਕੇ ਆਈ ਆ ਤੇਰੇ ਲਈ ਮੈਨੂੰ ਪਤਾ ਸੀ ਤੇਥੋਂ ਲਾਣੀ ਹੋਣੀ ਹਾਏ ਨਾ ਕਹਿ ਧਰਮ ਨਾਲ ਮੇਰਾ ਤਾਂ ਕਾਲਜ ਜਿਹਾ ਥੱਲੇ ਨੂੰ ਜਾਈ ਜਾਂਦਾ ਦਾਲ ਤੇ ਭੁੰਨੇ ਹੋਏ ਆਲੂ ਲੈ ਕੇ ਆਈ ਆ ਲਿਆ ਫਿਰ ਫੜਾ ਬੈਠ ਛੇਤੀ ਬੈਠ 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 ਓਏ ਹੋਏ 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 ਦੇਖੀ ਕਿਤੇ ਮੈਨੂੰ ਨਾ ਖਾ ਜੀ ਲੈ ਭੁੱਖਾ ਵਾ ਹਲਕਿਆ ਥੋੜੀ ਆ ਤੂੰ ਵੀ ਖਾ ਨਹੀਂ ਨਹੀਂ ਤੂੰ ਖਾ ਮੈਂ ਤਾਂ ਤੈਨੂੰ ਖਾਂਦੇ ਨੂੰ ਦੇਖ ਕੇ ਰੱਜੂ ਓਏ ਐ ਥੋੜੀ ਭੁੱਖ ਮਿਟਦੀ ਆ ਕਮਲੀਏ ਹੋਰ ਕਿਵੇਂ ਭੁੱਖ ਮਿਟਦੀ ਹੈ ਐ ਪਿਆਰ ਨਾਲ ਰੱਬ ਤਾਂ ਨਾਲ ਦੀ ਬੀਹੀ ਚ ਵਸਦਾ ਸੀ ਮੈਂ ਉਹ ਯਾਦ ਤਾਂ ਲੱਭੀ ਗਿਆ ਬੜਾ ਹੀ ਭਲਾ ਮਾਨਸ ਹੈ ਤੂੰ ਵੀ ਤੈਨੂੰ ਤੇ ਪਤਾ ਹੀ ਨਹੀਂ ਜਦ ਤੂੰ ਮੇਰੀ ਲਵੇ ਦੀ ਲੰਘਦਾ ਹੈ ਮੈਂ ਦੀਵੇ ਵਾਂਗੂ ਜਗਣ ਲੱਗ ਜਾਂਦੀ ਆ ਹਾਏ ਪਹਿਲਾਂ ਕਦੇ ਦੱਸਿਆ ਹੀ ਨਹੀਂ ਇਹ ਜੀਆਂ ਗੱਲਾਂ ਲੁਕੋ ਕੇ ਨਹੀਂ ਰੱਖੀਦੀਆਂ ਜਿੰਨਾ ਜਿਸ ਬੁਰਕੀ ਨਾਲ ਰੱਜ ਆਇਆ ਅੱਜ ਤੱਕ ਕਦੇ ਨਹੀਂ ਆਇਆ ਹਾਏ ਹਾਏ ਅੱਛਾ ਲੈ ਇੱਕ ਹੋਰ ਖਾ ਓ ਤੇਰਾ ਭਾਈ ਜਾ ਬੇੜਾ ਤੇਰਾ ਹਾਏ ਨਹੀਂ ਮੈਂ ਗੁੱਟਾ ਤੇ ਮੈਂ ਕੁੜੀ ਨੂੰ ਬੁਰਕੀਆਂ ਖਵਾ ਖਵਾ ਕੇ ਉੱਪਰ ਮਾਰ ਰਿਹਾ ਹੈ ਹਾਏ ਛੋੜ ਦਾ ਤੂੰ ਮੈਨੂੰ सिर्फ
ਸੰਧੂ ਸਾਹਿਬ ਤੁਸੀਂ ਰੋਟੀ ਖਾਓ ਤੁਸੀਂ ਚਲੋ ਸੰਧੂ ਸਾਹਿਬ ਤੁਸੀਂ ਚਲੋ ਮੇਰੇ ਨਾਲ ਸੰਧੂ ਸਾਹਿਬ ਤੁਸੀਂ ਹੈਲੋ ਹਾਂ ਬਾਪੂ ਪੁੱਤ ਆ ਕੁੜੀ ਕੌਣ ਹੈ ਇਹ ਗਵਾਂਢੀਆਂ ਦੀ ਸ਼ਾਮੋ ਆ ਸਾਹੂ ਹੈ ਘਰ ਦਾ ਕੰਮ ਕਾਰ ਕਰਨ ਵਾਲੀ ਪਰ ਭਾ ਖੋਟੇ ਆ ਵਿਚਾਰੀ ਦਾ ਰਿਸ਼ਤਾ ਹੋਇਆ ਸੀ ਕੁਝ ਸਾਲ ਪਹਿਲਾਂ ਫੌਜੀ ਨਾਲ ਤੇ ਉਹ ਜਰਮਨ ਦੀ ਲੜਾਈ 'ਚ ਸ਼ਹੀਦ ਹੋ ਗਿਆ ਮੁੜ ਕੇ ਕਿਸੇ ਨੇ ਸਾਥ ਨਹੀਂ ਲਿਆ ਤੇ ਜੇ ਹੁਣ ਕੋਈ ਰਿਸ਼ਤਾ ਆਉਂਦਾ ਤਾਂ ਲੋਕ ਭਾਨੀ ਮਾਰ ਦਿੰਦੇ ਆ ਆਪਣੇ ਮਗਰ ਨੂੰ ਕਰਾ ਰਿਸ਼ਤਾ ਆ ਤਾਂ ਮੈਂ ਸੋਚਿਆ ਹੀ ਨਹੀਂ ਮੈਂ ਕਰਦੀ ਸ਼ਾਮੋ ਦੇ ਬਾਪੂ ਨਾਲ ਗੱਲ ਮੇਰੀ ਭੈਣ ਦੇ ਕਾਜ ਰਚਾਉਣ ਆਏ ਹੋ ਕਿ ਗਰਮ ਤਾਵੇ ਤੇ ਆਪਦੇ ਫੁਲਕੇ ਲਾਉਣ ਸੰਗ ਮੰਨੀ ਦੀ ਹੁੰਦੀ ਆ ਕੁਛ ਇਹ ਤਾਂ ਐਵੇਂ ਬੋਲੀ ਜਾਂਦੇ ਮੈਂ ਕਰਦੀ ਹਾਂ ਸ਼ਾਮੋ ਦੇ ਬਾਪੂ ਨਾਲ ਗੱਲ ਉਹ ਰੂੜਿਆ ਤੜਕੀ ਭੰਗ ਪੀ ਕੇ ਲਲਕਾਰੇ ਮਾਰੀ ਜਾਣਾ ਭੈਣ ਦੇ ਸਹੁਰੇ ਆਏ ਹੋਏ ਆਪਾਂ ਉਹ ਮੁੰਡਾ ਹੋਇਆ ਜੱਟ ਦੇ ਮੈਂ ਤਾਂ ਚੱਕ ਤੋਂ ਬਾਹਰ ਤੇ ਰੂੜੀ ਭਾਈ ਗੱਲ ਸੁਣ ਲਓ ਸਾਡੇ ਪਿੰਡ ਆਇਓ ਮੁੰਡੇ ਨੂੰ ਜੰਮਣ ਦੀ ਖੁਸ਼ੀ ਮਿਲਾਵਾਂਗੇ ਵਧਾਈਆਂ ਵੀਰੇ ਵਧਾਈਆਂ ਓਏ ਅੱਜ ਤਾਂ ਪੇਕ ਲਾਵਾਂਗੇ ਉਹ ਜਗਰਾ ਪਹਿਲਾਂ ਝੁਲਸੀ ਦਾ ਜਾਣਾ ਤੂੰ ਉਹ ਪੇਕ ਹੈ ਬਾਈ ਹਾੜਾ ਨਹੀਂ ਗਰੇਜਾ ਵਗੂ ਗਲਾਸ ਭਰਿਆ ਭਰਿਆ ਕੇ ਉਹ ਬੜੀ ਬਜ਼ੂਕ ਸ਼ੁਕਰ ਹੈ ਬੰਦੂ ਖੜੀ ਦੀ ਨਿਸ਼ਾਮੋ ਮੇਰੀ ਭਾਬੀ ਬਣੇਗੀ ਕੋਈ ਨਾ ਮੈਂ ਕਰਦੀ ਤੇਰੇ ਬਾਪੂ ਨਾਲ ਗੱਲ ਉਹ ਤੂੰ ਕਿੱਧਰ ਕੋਲੇ ਕੱਸਦਾ ਫਿਰਦਾ ਮੈਂ ਤੈਨੂੰ ਕਦੋਂ ਦਾ ਭਾਲਦਾ ਫਿਰਦਾ ਉਹ ਜੱਗਰ ਬਾਈ ਤੂੰ ਕੋਈ ਚੰਦ ਤਾਂ ਨਹੀਂ ਚੜਾਦਾ ਮੁੱਲਾ ਦਾ ਜੀਜੇ ਨੇ ਤੈਨੂੰ ਹੀ ਮੋੜਤਾ ਘਰ ਨੂੰ ਉਹ ਮੈਂ ਚੰਦ ਨਹੀਂ ਚਾੜਿਆ ਪਤੰਦਰਾ ਤੂੰ ਸੂਰਜ ਥੱਲੇ ਲਾ ਲਿਆ ਤੇਰਾ ਸਾਗ ਪੱਕਾ ਕਰਤਾ ਉਹ ਕਿਉਂ ਜੱਗਰ ਬਾਈ ਤੜਕੇ ਦਾਰੂ ਪੀ ਕੇ ਮੇਰੇ ਤੇ ਖੜਾਉਣ ਲੱਗਿਆ ਤੂੰ ਓਏ ਹਲੇ ਤਾਂ ਮੈਂ ਪੀਤੀ ਨਹੀਂ ਅੱਜ ਤਾਂ ਦੁਪਹਿਰ ਤੱਕ ਹੀ ਮੱਟ ਖਾਲੀ ਕਰ ਦੂੰ ਤੂੰ ਜਾ ਆਪਣਾ ਕੁੜਤਾ ਚਾਦਰਾ ਕੱਢ ਅੱਜ ਤੈਨੂੰ ਸ਼ਗਨ ਪੈਣਾ ਸੱਚੀ ਓਏ ਰੱਬਾ ਸੱਚੀ ਬਣਾ ਦੇ ਇਹਦਾ ਕੰਮ ਹੁਣ ਤਾਂ ਮੇਰੀਆਂ ਬੁੱਗੀਆਂ ਲੈਣ ਲੱਗ ਗਿਆ
शायरी जे छड़ जांदा मैं पढ़ पढ़ थकदी ना इक तर्ज बना लेंदी समा खाली रखदी ना जो बजे ना सांभिया साज तेरा मेरी चुप वटाउंदा ऐ अखां बंद करदियां तेरा चेता आउंदा ऐ रातां नूं सुपना तेरा वे अड़ाउंदा ऐ अखां बंद करदियां तेरा चेता आउंदा ऐ रातां नूं सुपना तेरा वे नींद अड़ाउंदा ऐ ਵਾਲਾ ਮੂੰਹ ਨਹੀਂ ਖੋਲੀਦਾ ਹੁੰਦਾ ਮੱਖੀ ਪੈਂਦੀ ਹੁੰਦੀ ਹੈ ਮੂੰਹ ਦੇ ਵਿੱਚ ਆ ਰਿਸ਼ਤਾ ਜਿਹੜਾ ਹੋਣ ਲੱਗਿਆ ਨਾ ਹੁਣ ਤੋਂ ਪਹਿਲਾਂ ਨਾ ਤੜਾ ਕੇ ਬਹਿ ਜਾਈਂ ਕਿਤੇ ਨਹੀਂ ਨਹੀਂ ਕਰ ਲਓ ਜਿਹੜੇ ਸਗਨ ਸੁਗਣ ਕਰਨੇ ਆ ਫਿਰ ਹੋਰ ਕੰਮ ਧੰਦੇ ਵੀ ਲੱਗੀਏ ਸਵੇਰ ਨੂੰ ਬਰਾਤ ਵੀ ਆਉਣੀ ਹੈ ਆਓ ਚਾਚਾ ਜੀ ਕਰੋ ਧੀ ਦੇ ਸ਼ਗਨ ਬਣਾਓ ਸਾਡੇ ਮੁੰਡੇ ਨੂੰ ਆਪਣਾ ਮੁੰਡਾ ਉਹ ਇਹਦੇ ਨਾਲ ਦੇ ਤਾਂ ਨੌਹਾਂ ਲਿਆਉਣ ਵਾਲੇ ਹੋਏ ਪਏ ਆ ਮੁੰਡਾ ਦੱਸਦੀ ਆ ਉਹਨੂੰ ਜੀ ਬਸ ਕਰੋ ਹੁਣ ਬਹੁਤ ਹੋ ਗਿਆ ਤੂੰ ਕਿਉਂ ਵਿੱਚ ਬੋਲਣ ਲੱਗੀ ਆ ਵੱਡੀ ਵਿਚੋਲਣ ਮੈਂ ਕਿਹੜਾ ਸਿਧਰੇ ਦਾ ਪੈਰ ਮਿੱਧਤਾ ਸਿਧਰਾ ਨੀਗਾ ਜੀ ਜੇ ਮੈਂ ਨਾ ਨਾ ਤੂੰ ਕਾਹਨੂੰ ਸਿਧਰਾ ਤੂੰ ਤਾਂ ਲਾਟ ਸਾਹਿਬ ਲੱਗਿਆ ਹੋਇਆ ਚਲੋ ਖਵਾ ਲਓ ਲੱਡੂ ਜਿਹੜਾ ਖਵਾਉਣਾ ਜੀ ਧਿਆਨ ਨਾਲ ਖਵਾਇਓ ਲੱਡੂ ਖਵਾਉਂਦਿਆਂ ਦੇ ਦੰਦੀ ਵੀ ਮਾਰਦਾ ਹੁੰਦਾ ਇਹ ਪਿਛਲਾ ਰਿਸ਼ਤਾ ਵੀ ਇਸੇ ਕਰਕੇ ਟੁੱਟਿਆ ਸਾਹਿਬ ਹੱਥ ਹੋ ਗਈ ਤੁਹਾਡੇ ਵਾਲੀ ਜੋ ਮੂੰਹ ਚੋਂ ਦੋਹੀ ਬੋਲੀ ਜਾਂਦੇ ਹੋ ਮੈਂ ਉੱਠ ਕੇ ਦੇਵਾਂ ਤੈਨੂੰ ਤਣੇ ਸਰੀ ਹੈ ਬਕਵਾਸ ਕਿਵੇਂ ਕਰਨ ਲੱਗੀ ਹੈ ਬਕਵਾਸ ਤਾਂ ਤੂੰ ਮਰੀ ਜਾਣਾ ਜੀ ਜੇ ਭੈਣ ਨੇ ਤਾਂ ਕੁਛ ਕਿਹਾ ਵੀ ਹੈ ਨੀਗਾ ਤੇਰੀ ਪੁੱਠੀ ਬੁਰਕੀ ਪਈ ਲੱਗਦੀ ਆ ਮੈਨੂੰ ਬਕਵਾਸ ਦੱਸਦਾ ਉਹ ਸਾਲਾ ਹੋ ਕੇ ਆਕੜ ਕਰਦਾ ਮੇਰੇ ਨਾਲ ਸਾਲਾ ਮਾ ਗੁਲਾਮ ਥੋੜੀ ਆ ਨਾਲੇ ਮੈਨੂੰ ਜੋ ਮਰਜ਼ੀ ਕਹਿ ਲਾ ਭੈਣ ਨੂੰ ਕਦੇ ਕਹਿ ਰਿਹਾ ਮਾ ਮੇਰੀ ਤੀਵੀਂ ਆ ਮੈਂ ਤਾਂ ਸੱਤ 'ਚ ਖੜ ਕੇ ਵੀ ਕੁੱਟੂ ਕਿਆ ਕਰ ਲੇਗਾ ਉਹ ਕਿਆ ਨਹੀਂ ਖੜ ਜਾ ਯਾਰ ਤੂੰ ਵਿੱਚੋਂ ਭੈਣ ਆ ਪਹਿਲਾਂ ਮੇਰੀ ਫਿਰ ਨਾਲ ਹੀ ਲੈ ਜੀ ਭੈਣ ਨੂੰ ਇੱਥੇ ਨਾ ਛੱਡ ਕੇ ਜਾਈ ਹੁਣ ਓਏ ਹੁਣ ਤੂੰ ਤਾਂ ਚੁੱਪ ਕਰ ਜਾ ਕਰੋ ਸ਼ਗਨ ਕਰੋ ਹਾਂ ਹਾਂ ਸ਼ਗਨ ਕਰੋ ਕਾਰ ਵਿਹਾਰ ਕਰੋ ਸਾਰੇ ਮੈਂ ਢੋਲ ਵਾਲਾ ਵੀ ਬੁਲਾਉਣਾ ਢੋਲ ਵਜਾਓ ਜਵਾਈ ਦੀ ਬੇਇੱਜ਼ਤੀ ਹੋਈ ਹੈ ਜਵਾਈ ਦਾ ਕੀ ਹੁੰਦਾ ਉਹ ਸਾਊ ਦੇਖ ਇਹਦੇ ਕਨੀਓ ਮੈਂ ਮਾਫੀ ਮੰਗਦਾ ਮਾਫੀ ਕਾਦੀ ਬਾਪੂ ਮੈਂ ਕਿਹੜਾ ਡਾਂਗ ਮਾਰਤੀ
ਉਹ ਸਾਲਿਆ ਤੂੰ ਮਾਰੇਗਾ ਡਾਂਗ ਮੇਰੇ ਮੈਂ ਮੁੱਕਾ ਮਾਰੂਗਾ ਕਿ ਤੇਰੇ ਸਾਲਾ ਬੂਥੀ ਨਾ ਬਣਾ ਲਈ ਮੈਥੋਂ ਮੈਨੂੰ ਤਾਂ ਚਾਚਾ ਤੇਰੀ ਸਮਝ ਨਹੀਂ ਆਉਂਦੀ ਕਿਹੋ ਜਿਹੇ ਮੂੰਹ ਨੂੰ ਲੱਡੂ ਲਾਉਣ ਲੱਗਿਆ ਤੂੰ ਉਹ ਜਿਹੜਾ ਜੀਜੇ ਦੀ ਇੱਜ਼ਤ ਨਹੀਂ ਕਰਦਾ ਤੇਰੀ ਕੁੜੀ ਦੀ ਇੱਜ਼ਤ ਕਿਆ ਕਰੂ ਕੈਰਤੀ ਮਰ ਗਈ ਯਾਰ ਤੇਰੀ ਤੇਰੀ ਥਾਂ ਤੇ ਮੈਂ ਹੁੰਦਾ ਕੁੜੀ ਠਾ ਕੇ ਲੈ ਜਾਂਦਾ ਯਾਰ ਹੁਣ ਨੂੰ ਸ਼ਾਮੋ ਚਲਤੀ ਏ ਘਰੇ ਉਹਨੂੰ ਜੀਜੇ ਨਾਲ ਗੱਲ ਕਰਨ ਦੀ ਦਾਖਲ ਨਹੀਂ ਹੈ ਤੇਰੀ ਕੁੜੀ ਨੂੰ ਕਿਆ ਰੱਖੂਗਾ ਯਾਰ ਇੱਜ਼ਤ ਨਾਲ ਕਮਾਲ ਹੀ ਕਰੀ ਜਾਂਦੇ ਯਾਰ ਹੋ ਜਾ ਹੁਣ ਮਗਰ ਅਗਰਾ ਤੇਰਾ ਸਖਤ ਟੁੱਟ ਗਿਆ ਕਿਤੇ ਤੇਰੀ ਭੈਣ ਦਾ ਨਾਂ ਟੁੱਟ ਜਾਏ ਰੋਣੇ ਤੋਂ ਮਾਫੀ ਮੰਗਿਆ ਮੰਗ ਲੈ ਸੁਣਿਆ ਨੀ ਤੇਰੇ ਪਾਪੂ ਨੇ ਕੀ ਕਿਹਾ ਮੂਰਖ ਸਾਗ ਤੋੜਦੇ ਹੁੰਦੇ ਨੇ ਸਿਆਣੇ ਰਿਸ਼ਤੇ ਜੋੜਦੇ ਹੁੰਦੇ ਨੇ ਤੂੰ ਕੁਛ ਵੀ ਮਾੜਾ ਨਹੀਂ ਕੀਤਾ ਪੁੱਤ ਪਰ ਆਪਣੀ ਭੈਣ ਦਾ ਸੋਚ ਉਹਨੇ ਤਾਂ ਤੇਰੇ ਲਈ ਚੰਗਾ ਹੀ ਸੋਚਿਆ ਸੀ ਨਾ ਮਾਫੀ ਮੰਗਣ ਨਾਲ ਕਦੀ ਕੋਈ ਛੋਟਾ ਨਹੀਂ ਹੁੰਦਾ ਦੁਨੀਆਂ ਜਾਣਦੀ ਹੈ ਕਿ ਕੌਣ ਗਲਤ ਹੈ ਤੇ ਕੌਣ ਸਹੀ ਸਿਆਣਾ ਬਣ ਮੇਰਾ ਪੁੱਤ ਮੈਂ ਆਪਣੀ ਭੈਣ ਲਈ ਤਾਂ ਥਰ ਥਰ ਦੀ ਭੀਖ ਵੀ ਮੰਗ ਸਕਦਾ ਬੇਬੇ ਤੂੰ ਤਾਂ ਉਹੀ ਰਗੜਿਆ ਗਿਆ ਸਿਧਰਿਆ ਰੌਲਾ ਤਾਂ ਚਾਚੇ ਨਾਲ ਹੈ ਸਾਡਾ ਪੱਟ ਦਾ ਨਾਲ ਲੱਗਦੀ ਜ਼ਮੀਨ ਨਹੀਂ ਸੀ ਵੇਚੀ ਇਹਨੇ ਸਾਨੂੰ ਹੁਣ ਸਾਡੇ ਇੱਥੇ ਬੈਠੇ ਚਾਚੇ ਦੀ ਕੁੜੀ ਦਾ ਸਾਕ ਹੋ ਜੇ ਜੱਟ ਦਾ ਤਾਂ ਮਰਨ ਹੋ ਗਿਆ ਕਿ ਨਹੀਂ ਚਲੋ ਜੀ ਕਰਤਾ ਜੀ ਜਵਾਕ ਨੂੰ ਮਾਫ ਫਿਰ ਵੀ ਛੋਟਾ ਸਾਡੇ ਤੋਂ ਉਹ ਅਸਲਮ ਲਿਆ ਵੀ ਗਰਮ ਗਰਮ ਜਲੇਬ ਖਵਾ ਵੀ ਪ੍ਰਾਹੁਣਿਆਂ ਨੂੰ ਕਰਾ ਵੀ ਇਹਨਾਂ ਦਾ ਮੂੰਹ ਮਿੱਠਾ ਟੁੱਟ ਗਿਆ ਤੇਰਾ ਦਿਲ ਚ ਤਾਂ ਹੁਣ ਤੂੰ ਵੜ ਗਈ ਤੈਨੂੰ ਸਾਂਭ ਕੇ ਰੱਖਣ ਲਈ ਇਹਨੂੰ ਤਾਂ ਸਾਬਤਾ ਰੱਖਣਾ ਹੀ ਪਊਗਾ ਕਿੰਨਾ ਖਰਾ ਬੰਦਾ ਹੈ ਤੂੰ ਤੂੰ ਵੀ ਤਾਂ ਸੁਲਫੇ ਦੀ ਲਾਟ ਵਰਗੀ ਹੈ ਆਏ ਨਹੀਂ ਕਹਿੰਦੇ ਹੁੰਦੇ ਜੇ ਕੁੜੀ ਦੀ ਸਿਫਤ ਕਰਨੀ ਆ ਤਾਂ ਕਹਿੰਦੇ ਹੁੰਦੇ ਆ ਤੂੰ ਬਾਲੀ ਸੋਹਣੀ ਆ ਮੈਨੂੰ ਤਾਂ ਜਿਵੇਂ ਉੜਦੀ ਉਵੇਂ ਸੱਟ ਦੇਣਾ ਪਰ ਤੂੰ ਹੈਗੀ ਉਹ ਬਾਲੀ ਬੰਬ ਹੈ ਇਹ ਬੰਬਾ ਬਰੂਦਾ ਨੇ ਤਾਂ ਮੇਰੀ ਕਿਸਮਤ ਰੋਲ ਦੀ
सारे मैनू कहंदे मैं माड़ी किस्मत आ लिया ना पागल जेड़ी अपने होने वाले घर वाले नु खा गई। ले तेरा घर वाला तो जंग च शहीद होया, लोग तो एवं बोली जाते ने। जो मैं तेन चाक के मोटिया दिता ना पिंड का गेड़ा, लोगों ने कहना कुड़ी किन्ने भाग वाली है, धरती से पैर नहीं लाती। चंगा तो तू बाला है पर करदिया ने तोरना नहीं तेरे नाल, ते भी नहीं कह सकती कि कट के लै जा। ना ना कटन कढ़ाने वाला काम नहीं करना, पहला फसा देना ही मैनू कमों ने। ब्याह करा ला जे करा। ब्याह ला तो रौला पै गया अपना मूह आ मेरा। तेनू आंदा? हाँ हाँ बेबे देखती है तेनू। जो तू घस के वह बेबे अर्की होगी ना, मैं तेन उदो वे नहीं मूह करे फिरूंगा। तेन कले नू छड़ के कदे नहीं जांदा, तेरे नाल बैठ के सेवियां वटिया करूं। ते मैं कहूंगी शर्म कर बुढ़िया, हुण आपां बुढ़े हो गए। तकड़ी होके कहना अपने बापू नू मैं विआह करवाउणा मगर सिंह संधू नू, मैं मरदा मर जूं पर बचना तो नहीं मुकरदा। बापू ने मनना नहीं, वो कहिंदे मुंडा नहीं ठीक, बहुत पैड़ा बोलता सी तेरे बारे। बोली जावे, मेरे बारे तो सारी पैड़ा बोल दिया। तेरे वर्गा बंदा तब मसा ही मिलता है। ऐदा ना कह, मैं कंध टाके फड़ लेना तेनू। तेनू डर नहीं लगता? लोग तो बंदा मारन लगे नहीं डरदे, मैं मोह करन लगे डरी जावा। जी करदा तू बाता पाई जावे ते मैं हुंगारा भरी जावा। जी तो मेरा भी यही करदा पर मेरे जीजे ने मेरी भैन नू छड़ देना। जीजे दी भैन गाल नहीं कटी थी। तेनू कट के नहीं लिजा सकदा, गाल कट नहीं सकदा, फिर मैं की करा? तेरे मूहरे रोंदा भी नहीं चंगा लगना। उधर लावा हो चलिया होनी, जे मैं शगन ना पाया जीजा गुस्सा करूगा। चलदा मैं, सत श्री अकाल। चिट्ठी लिखेगा मैनू जाके? मैनू तो इल ते कुकड़ नहीं लिखना आता। प्यार सब कुछ सिखा देता है, मैं उड़ीक करूंगी चिट्ठी दी। स्वाद लेंदी है दुनिया बापू हसद रुआ के। रो के तुरन वाला तो अपने आप नाल पाप कमाता है। अपने आप का तो पता नहीं बापू, पर तेरे पुत ने किसी ना दखा नहीं कमाया। देख पुत, चज की जिंदगी जीण का एक ही ढंग है। हाँ पता मैनू बापू, बिना कसूर तो माफी मंगी जाओ ते अपने बदले लिए किसी भी छटका दो। मजनू बने पे यार, उठ खड़ा हो। ओ यार क्यों हसन खेडन वाले गिरधारी नू मार के पापा दा भागी बने यार तू? तू तो भंग पी के जिवें बड़े पुन कमाना होना वा। पहला तेरे वर्गा कोई काम नहीं सी हुंदा रूड़े, ते हुण सारा दिन तेरे नक तो मक्खी नहीं उड़दी। ओ मैं तो ना बई भंग दा वैल है, मैं चोर चोर च ला बैठा यार। ओवें मैं इश्क कमा बैठा। ओ इश्क बंदे नू बर्बाद कर दिंदा है। अच्छा ही और भंग तो जिम्मे बंदे नू बड़ी अमर कर देंदी है,
ਸਾਰਾ ਦਿਨ ਜਾਂ ਹੱਸਦਾ ਰਹਿੰਦਾ ਜਾਂ ਰੋਂਦਾ ਰਹਿੰਦਾ ਰੁੜਿਆ। ਜੇ ਨਹੀਂ ਝੋਰਾ ਕਰਦਾ ਭਾਈ ਦਾ ਲੱਜ ਤੋਂ ਭੰਗ ਛੱਡੀ। ਹੈ ਨਹੀਂ ਬਚਨ ਦੇ ਵੀ ਮੇਰੇ ਭਤੀਜ ਨੂੰ ਪੰਗੀ ਪਿਓ ਨਹੀਂ ਦੇਂਗਾ। ਦਿੱਤਾ ਪਰ ਫਿਰ ਮੈਨੂੰ ਵੀ ਮੇਰਾ ਪਹਿਲਾਂ ਵਾਲਾ ਭਾਈ ਚਾਹੀਦਾ ਸਰਗਿੰਡਰ ਵਾਲਾ। ਦਿੱਤਾ ਇੱਕ ਕੰਮ ਕਰ ਮੈਨੂੰ ਐਂ ਦੱਸ ਆਪਣੇ ਆਂਢ ਗੁਆਂਢ 'ਚ ਕੋਈ ਪੜ੍ਹਿਆ ਲਿਖਿਆ ਹੈ? ਹੈਗਾ। ਕੌਣ? ਸੁਰਮਾ ਪਾ ਲਿਆ ਅੱਖਾਂ 'ਚ। ਚਲੋ ਯਾਰ ਦੱਸੋ ਕੀ ਲਿਖਣਾ। ਤੂੰ ਲਿਖ ਸਤਿਕਾਰਯੋਗ ਸਰਜੀਤ ਕੌਰ ਜੀ ਪੈਰੀ ਪਹਿਨਾ। ਆ ਲੋ ਉਹ ਮਸ਼ੂਕ ਦੇ ਪੈਰੀ ਨਹੀਂ ਪਈਦਾ। ਹੋਰ ਮਸ਼ੂਕ ਦੇ ਕਿੱਥੇ ਪਈਦਾ? ਬੁੱਗ ਉਹ ਯਾਰ ਤੂੰ ਜੱਪੀ ਜੁੱਪੀ ਲਿਖ ਦੇ। ਯਾਰ ਵੀ ਪਾਉਣ ਤੱਕ ਹੀ ਠੀਕ ਲੱਗਣੀ ਹੈ, ਲਿਖਣ 'ਚ ਇਹ ਵੀ ਗੰਦੀ ਲੱਗਣੀ ਹੈ। ਓਸ਼ਾ ਜੀ ਫਿਰ ਤੂੰ ਲਿਖ ਸਤਿਕਾਰਯੋਗ ਸਰਜੀਤ ਕੌਰ ਜੀ ਹਾਂ ਸਤਿ ਸ਼੍ਰੀ ਅਕਾਲ। ਮੈਨੂੰ ਜਦ ਵੀ ਤੇਰਾ ਚੇਤਾ ਆਉਂਦਾ ਮੈਂ ਤੇਰੇ ਵਰਗੀ ਇੱਕ ਗੱਦਰ ਜੀ ਕਿੱਕਰ ਨੂੰ ਘੁੱਟ ਕੇ ਜੱਫੀ ਪਾ ਲੈਂਦਾ ਤੇ ਉਹਦੇ 'ਚੋਂ ਮੈਨੂੰ ਚੰਦਨ ਦੀ ਵਾਸ਼ਨਾ ਆਉਣ ਲੱਗ ਜਾਂਦੀ ਹੈ। ਅਤੇ ਇੱਕ ਗੱਲ ਤਾਂ ਮੈਂ ਬੀਬੀ ਦੀ ਸਹੁੰ ਖਾ ਕੇ ਕਹਿ ਸਕਦਾ, ਤੈਨੂੰ ਮੇਰਾ ਚੇਤਾ ਤਾਂ ਨਹੀਂ ਭੁੱਲਿਆ ਹੋਣਾ। ਮੈਂ ਤੇਰੀਆਂ ਵੰਗਾਂ ਦੇ ਰੰਗਾਂ ਵਾਂਗੂੰ ਧਰਤੀ ਸੱਤ ਰੰਗੀ ਕਰਨੀ ਚਾਹੁੰਦਾ ਸੀ ਪਰ ਕਰ ਨਹੀਂ ਸਕਿਆ ਕਿਉਂਕਿ ਅਕਸਰ ਹੀ ਜੱਟ ਦੀ ਫਸਲ ਦੇ ਉੱਤੇ ਗੜੇ ਮਾਰ ਹੋ ਜਾਂਦੀ ਹੈ ਅਤੇ ਆਹ ਜੱਟ ਦੇ ਖੋਪੜ 'ਚ ਇਕੱਲ ਵਾਲਾ ਖਾਨਾ ਹੀ ਨਹੀਂ ਪਾਇਆ ਰੱਬ ਨੇ, ਤਾਂ ਹੀ ਉਦਣ ਜੱਟਾਂ ਵਾਲੀ ਕਰਕੇ ਤੇਰੇ ਭੂੰਡਾਸ਼ਕ ਦੇ ਧਰਨ ਪਾਤੀ ਸੀ। ਇਹ ਨਾ ਸਮਝੀ ਵੀ ਇਹ ਕੁਛ ਮੈਂ ਕਿਸੇ ਖੁੰਦਕ 'ਚ ਕੀਤਾ, ਨਾ ਬਸ ਪਤਾ ਲੱਗ ਗਿਆ ਸੀ ਵੀ ਜਿਹੜਾ ਹਿੰਮਤ ਨਹੀਂ ਰੱਖ ਸਕਦਾ ਉਹ ਤੈਨੂੰ ਕੀ ਰੱਖੂਗਾ। ਰੱਬ ਨੇ ਹੁਣ ਤੱਕ ਜਿੰਨੀਆਂ ਕੁ ਚੰਗੀਆਂ ਚੀਜ਼ਾਂ ਬਣਾਈਆਂ ਨੇ ਤੂੰ ਉਹਨਾਂ 'ਚੋਂ ਇੱਕ ਹੈ। ਤੂੰ ਨਾਭੇ ਦੀ ਬੰਦ ਬੋਤਲ ਨਹੀਂ, ਤੂੰ ਤਾਂ ਖੁੱਲ੍ਹੇ ਅਸਮਾਨ ਚੁੜਦੀ ਉਹ ਪਤੰਗ ਹੈ ਜਿਹਦੀ ਡੋਰ ਗਿਰਦਾਰੀ ਫੜ ਨਹੀਂ ਸਕਿਆ। ਅਤੇ ਜਦੋਂ ਮੇਰੇ ਚੁੱਲ੍ਹੇ 'ਚ ਅੱਗ ਨਹੀਂ ਸੀ ਬਲਦੀ ਤੂੰ ਮੇਰੇ ਅੰਦਰ ਤੰਦੂਰ ਭਖੜ ਲਾਤਾ ਸੀ। ਮੈਂ ਤਾਂ ਉਸ ਦਿਨ ਇਸ਼ਕ ਦਾ ਨਰਮ ਫੁਲਕਾ ਆਪਣੇ ਅੱਖੀ ਫੁੱਲਦਾ ਦੇਖਿਆ ਅਤੇ ਜਦੋਂ ਤੇਰੀਆਂ ਦੀਵੇ ਵਾਂਗੂ ਜਗਦੀਆਂ ਅੱਖਾਂ ਵੇਖੀਆਂ ਤਾਂ ਪਹਿਲੀ ਵਾਰੀ ਦੁਨੀਆ ਮੈਨੂੰ ਸੋਹਣੀ ਸੋਹਣੀ ਲੱਗੀ ਸੀ। ਜੇ ਉਸ ਦਿਨ ਆਪਣਾ ਸ਼ਗਨ ਅਧੂਰਾ ਨਾ ਰਹਿੰਦਾ ਅਤੇ ਜੇ ਆਪਣੇ ਵਿਚਾਲੇ ਉਹ ਕੰਧ ਨਾ ਹੁੰਦੀ ਅਤੇ ਜੇ ਸਾਲੀ ਅੱਜ ਇਹੀ ਨਾ ਹੁੰਦੀ ਤਾਂ ਹੁਣ ਤੱਕ ਕਦੋਂ ਦਾ ਆਪਾਂ ਚੁਬਾਰਾ ਛੱਤ ਕੇ 12 ਡੇਟੀ ਖੇਡਦੇ ਹੋਣਾ ਸੀ। ਚਲੋ ਜੋ ਰੱਬ ਨੂੰ ਮਨਜ਼ੂਰ। ਅੱਛਾ ਅੱਗੇ ਸਮਾਚਾਰ ਇਹ ਹੈ ਵੀ ਮੇਰੇ ਹੋਇਆ ਹੈ ਭਤੀਜ ਅਤੇ ਅਸੀਂ ਭਤੀਜੇ ਦੇ ਜਨਮ ਦੀ ਖੁਸ਼ੀ 'ਚ ਜਸ਼ਨ ਮਨਾ ਰਹੇ ਹਾਂ ਅਤੇ ਜੇ ਇਸ ਜਸ਼ਨ ਦੇ ਵਿੱਚ ਤੇਰੀ ਝਾਂਜਰ ਛਣਕੂਗੀ ਨਾ ਤਾਂ ਜੱਟ ਨੂੰ 12 ਦੀਵਾਲੀਆਂ ਜਿੰਨਾ ਚਾਹ ਚੜ ਜਾਣਾ। ਚੱਲ ਬਸ ਇੰਨਾ ਹੀ ਬਹੁਤ ਆ। ਯਾਰ ਇਹਦੇ ਥੱਲੇ ਕੀ ਲਿਖਾਂ? ਉਹ ਲਿਖ ਦੇ ਵੀ ਮਿੰਡ ਨੂੰ ਤੜਪ ਰਿਹਾ ਤੇਰਾ ਯਾਰ। ਉਹਨੇ ਨਹੀਂ ਉਹ ਗੰਦਾ ਲੱਗੂਗਾ। ਤੂੰ ਲਿਖ ਤੇਰਾ ਆਪਣਾ ਮੱਗਰ ਸਿੰਘ ਸੰਧੂ। ਨਹੀਂ ਨਹੀਂ ਤੂੰ ਲਿਖ ਲਿਖਤਮ ਗਿਰਦਾਰੀ ਲਾ। ਚਾਵਾ ਹੋਏ ਗਿਰਦਾਰੀ ਲਾ।
ਤੂੰ ਸ਼ਾਇਰੀ ਜੇ ਛੱਡ ਜਾਂਦਾ ਮੈਂ ਪੜ ਪੜ ਥੱਕਦੀ ਨਾ ਇੱਕ ਤਰਜ਼ ਬਣਾ ਲੈਂਦੀ ਸਮਾਂ ਖਾਲੀ ਰੱਖਦੀ ਨਾ ਜੋ ਵੱਜੇ ਨਾ ਸਾਂਭਿਆ ਸਾਜ ਤੇਰਾ ਮੇਰੀ ਚੁੱਪ ਵਟਾਉਂਦਾ ਏ ਅੱਖਾਂ ਬੰਦ ਕਰਦੀਆਂ ਤੇਰਾ ਚੇਤਾ ਆਉਂਦਾ ਏ ਰਾਤਾਂ ਨੂੰ ਸੁਪਨਾ ਤੇਰਾ ਵੇ ਉਡਾਉਂਦਾ ਏ ਅੱਖਾਂ ਬੰਦ ਕਰਦੀਆਂ ਤੇਰਾ ਚੇਤਾ ਆਉਂਦਾ ਏ ਰਾਤਾਂ ਨੂੰ ਸੁਪਨਾ ਤੇਰਾ ਵੇ ਨੀਂਦ ਉਡਾਉਂਦਾ ਏ ਨਜ਼ਰ ਤਾਂ ਹੈ ਕਰਤਾਰ ਦੀ ਬਸ ਮੇਰ ਹੀ ਬਾਕੀ ਏ ਮਿਹਰ ਤਾਂ ਲੱਗਦਾ ਤਰਤ ਤੇ ਪ੍ਰਕਾਸ਼ ਹੀ ਬਾਕੀ ਏ ਉਹ ਚਾਨਣ ਟਿਮ ਟਿਮ ਤਾਰਿਆਂ ਤੋਂ ਮੈਨੂੰ ਚੰਨ ਡਰਾਉਂਦਾ ਏ ਅੱਖਾਂ ਬੰਦ ਕਰਦੀਆਂ ਤੇਰਾ ਚੇਤਾ ਆਉਂਦਾ ਏ ਰਾਤਾਂ ਨੂੰ ਸੁਪਨਾ ਤੇਰਾ ਵੇ ਨੀਂਦ ਉਡਾਉਂਦਾ ਏ ਅੱਖਾਂ ਬੰਦ ਕਰਦੀਆਂ ਤੇਰਾ ਚੇਤਾ ਆਉਂਦਾ ਏ ਰਾਤਾਂ ਨੂੰ ਸੁਪਨਾ ਤੇਰਾ ਵੇ ਨੀਂਦ ਉਡਾਉਂਦਾ ਏ ਪੈਂਡੇ ਜਿੱਥੇ
ਬਈ ਕਿਸੇ ਸਿਆਣੇ ਨੇ ਕਿਹਾ ਵੀ ਜੇ ਘੱਗਰੀ ਪੱਤਿਆਂ ਦੀ ਹੋਵੇ ਨਾ ਤਾਂ ਬੱਕਰੀ ਨਾਲ ਸਹਿਲਪਣਾ ਨਹੀਂ ਪਾਈਦਾ। ਉਹੀ ਗਲਤੀ ਮੈਂ ਕਰ ਲਈ। ਆਹ ਮੇਰਾ ਬਾਪੂ ਸਿੰਘ ਜੀ ਮੈਨੂੰ ਕਹਿੰਦਾ ਉਹ ਸਾਰੀ ਦਿਹਾੜੀ ਲੋਕਾਂ ਦੇ ਕੰਮ ਕਰਾਉਂਦਾ ਫਿਰਦਾ, ਆਪਦੇ ਬਾਰੇ ਸੋਚ, ਓਏ ਵਿਆਹ ਕਰਾ ਲੈ, ਵਿਆਹ ਬਿਨਾਂ ਬੰਦੇ ਦੀ ਜੂਨ ਨਹੀਂ ਹੈਗੀ। ਇੰਨੀ ਜ਼ਮੀਨ ਆਉਂਦੀ ਆ ਤੈਨੂੰ, ਤੈਨੂੰ ਕਿਹਨੇ ਕੁੜੀ ਦੇਣ ਨੂੰ ਨਾ ਕਰਨੀ ਆ। ਮੈਨੂੰ ਵੀ ਲੱਗਿਆ ਵੀ ਗੱਲ ਤਾਂ ਠੀਕ ਹੈ, ਓਏ ਮੈਂ ਤਾਂ ਆਪਣੀ ਘਰਵਾਲੀ ਨੂੰ ਹੱਥਾਂ 'ਤੇ ਚੱਕ ਕੇ ਫਿਰੂੰ, ਚਾਰ ਨੌਕਰ ਰੱਖ ਦੂੰ ਸੇਵਾ ਕਰਨ ਲਈ, ਪਰ ਇਹ ਤਾਂ ਮੈਂ ਭੁੱਲ ਹੀ ਗਿਆ ਵੀ ਮੇਰੇ ਕੋਲ ਜ਼ਮੀਨ ਹੈ, ਪਿਆਰ ਕਰਨ ਵਾਲਾ ਦਿਲ ਵੀ ਹੈ, ਸਾਲਾ ਦੁਨੀਆਂ ਨਾਲ ਚੱਲਣ ਵਾਲਾ ਦਿਮਾਗ ਨਹੀਂ ਨਾ ਹੈਗਾ। ਭਾਈ ਮੈਂ ਹੈਗਾ ਰਾਂਝੇ ਦੀ ਨਸਲ 'ਚੋਂ, ਮੱਝਾਂ ਤਾਂ ਚਾਰ ਸਕਦਾ ਬੰਦੇ ਨਹੀਂ, ਪਰ ਫਿਰ ਵੀ ਇਹਨਾਂ ਕੁੜੀਆਂ ਨੇ ਮੇਰੇ ਇੱਕ ਸੱਦੇ ਦੇ ਉੱਤੇ ਇੱਥੇ ਆ ਕੇ ਮੇਰਾ ਮਾਣ ਵਧਾਇਆ, ਮੇਰੀ ਬੇਬੇ ਦੇ ਵਿਹੜੇ ਦੇ ਵਿੱਚ ਪੈਰ ਪਾਇਆ, ਵਿਹੜਾ ਧੰਨ ਹੋ ਗਿਆ। ਮੈਂ ਕਿਤੇ ਨਾ ਕਿਤੇ ਤੁਹਾਡਾ ਗੁਨਾਹਗਾਰ ਹਾਂ, ਚਾਹੁੰਦੇ ਨਾ ਚਾਹੁੰਦੇ ਮੈਂ ਕਿਤੇ ਨਾ ਕਿਤੇ ਤਾਂ ਤੁਹਾਨੂੰ ਤਕਲੀਫ 'ਚ ਪਾਇਆ ਹੀ ਆ, ਉਹਦੇ ਲਈ ਮੈਂ ਮਾਫ਼ੀ ਮੰਗਦਾ। ਚਲੋ ਛੱਡੋ, ਇੱਕ ਗੱਲ ਤਾਂ ਪੱਕੀ ਹੈ ਬਈ ਇਸ ਧਰਤੀ 'ਤੇ ਕੋਈ ਵੀ ਕੁੜੀ ਤੁਹਾਡੇ ਤਾਂ ਪੈਰ ਵਰਗੀ ਵੀ ਹੈ ਨੀ। ਓਏ ਤਾਂ ਹੀ ਤਾਂ ਮੈਂ ਤੁਹਾਨੂੰ ਪਿਆਰ ਕਰਦਾ, ਉਹ ਵੀ ਸੱਚਾ। ਹੁਣ ਇਹ ਨਾ ਕਹਿ ਦਿਓ ਵੀ ਐਂ ਕਿਵੇਂ, ਉਹ ਜਦੋਂ ਮੈਂ ਆਪਣੇ ਤਿੰਨੇ ਭਾਈਆਂ ਨੂੰ ਪਿਆਰ ਕਰ ਸਕਦਾ, ਭਾਬੀਆਂ ਨੂੰ ਪਿਆਰ ਕਰ ਸਕਦਾ, ਆਪਣੇ ਬੇਬੇ ਬਾਪੂ ਨੂੰ ਪਿਆਰ ਕਰ ਸਕਦਾ, ਭਤੀਜੇ ਭਤੀਜੀਆਂ ਨੂੰ ਕਰ ਸਕਦਾ, ਹੋਰ ਅਲਮ ਗਲਮ ਨੂੰ ਕਰ ਸਕਦਾ, ਫਿਰ ਇਹਨਾਂ ਕੁੜੀਆਂ ਨੂੰ ਕਿਉਂ ਨੀ। ਹੋਏ ਕਿਸੇ ਨੂੰ ਵੀ ਪਿੰਜਰੇ 'ਚ ਕੈਦ ਨਹੀਂ ਉਹ ਕੀਤਾ, ਕਿਸੇ ਨੂੰ ਵੀ ਕੁੱਟਿਆ ਤੇ ਮਾਰਿਆ ਤੇ ਨਹੀਂ ਉਹ, ਜਿਹੜੀ ਗੱਲ ਕੀਤੀ ਆ ਮੈਂ ਸਿੱਧੀ ਦਿਲੋਂ ਕੀਤੀ। ਹੋਏ ਐਵੇਂ ਉਲਝਾ ਕੇ ਗੱਲੀ ਚਾਰਿਆ ਤੇ ਨਹੀਂ ਉਹ, ਇਸ਼ਕੇ ਦੀ ਖੰਡ ਖਾਧੀ, ਇਸ਼ਕ ਹੀ ਵੰਡੇ ਆਏ, ਭਾਵੇਂ ਲੈ ਲਵੋ ਸਬੂਤ, ਕੋਈ ਸਾਹ ਤੇ ਨਹੀਂ ਪੀਤਾ। ਓਏ ਫੇਰ ਕੀ ਹੋਇਆ ਜੇ ਮੈਥੋਂ ਵਾਰ ਵਾਰ ਹੋਇਆ ਹੈ, ਪਿਆਰ ਹੀ ਤੇ ਕੀਤਾ ਹੈ, ਗੁਨਾਹ ਤੇ ਨਹੀਂ ਕੀਤਾ, ਪਿਆਰ ਹੀ ਤੇ ਕੀਤਾ ਹੈ। ਪਰ ਸੌ ਵੱਡੇ ਮਹਾਰਾਜ ਦੀ, ਇਹਨਾਂ ਕੁੜੀਆਂ ਦੇ ਲਈ ਮੇਰੇ ਮਨ 'ਚ ਕੋਈ ਮਹਿਲ ਨਹੀਂ ਹੈਗੀ। ਓਏ ਮੁਹੱਬਤ ਕਰਨ ਵਾਲਾ ਤਾਂ ਸਾਰਾ ਹੀ ਮੁਹੱਬਤ ਦਾ ਬਣਿਆ ਹੁੰਦਾ, ਉਹ ਮੁਹੱਬਤ ਦੀ ਨਜ਼ਰ ਨਾਲ ਹੀ ਮੁਹੱਬਤ ਨੂੰ ਦੇਖਦਾ ਹੈ। ਬਾਕੀ ਮੈਂ ਤਾਂ ਤੁਹਾਡੇ ਨਾਲ ਨਾਲ ਚੱਲਣ ਵਾਲਾ ਗਿਰਧਾਰੀ ਲਾਲ ਹਾਂ ਜੀ, ਜਦੋਂ ਆਵਾਜ਼ ਮਾਰੋਂਗੇ ਹਾਜ਼ਰ ਹੋ ਜੂੰਗਾ। ਤੁਹਾਡਾ ਇੱਥੇ ਆਉਣ 'ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਹੱਸਦੇ ਵੱਸਦੇ ਰਹੋ, ਨਾਲੇ ਹਾਂ ਕਦੇ ਕਦੇ ਮੇਰੇ ਵਾਂਗੂ ਆਪਣੇ ਆਪ ਲਈ ਛੱਡ ਕੇ ਦੂਜਿਆਂ ਲਈ ਵੀ ਜੋ ਲਿਆ ਕਰੋ, ਸਵਾਦ ਆਊਗਾ। ਗਰਦਾਰੀ ਬੀਬੀ ਬੀਬੀ ਕਿਵੇਂ ਲੱਗੀਆਂ ਮੇਰੀਆਂ ਗੱਲਾਂ? ਗੁੜ ਨਾਲੋਂ ਵੀ ਮਿੱਠੀਆਂ ਪੁੱਤ। ਦੇਖਿਆ ਮੈਂ ਦਿਮਾਗ ਜਿਹਾ ਵਰਤ ਕੇ ਜ਼ਮੀਨ ਜਾਇਦਾਦ ਵੀ ਦੱਸਤੀ, ਨਾਲੇ ਮੈਂ ਇਹ ਵੀ ਦੱਸਤਾ ਵੀ ਮੈਂ ਆਪਣੀ ਬਹੂ ਨੂੰ ਰੱਖੂਗਾ ਕਿਵੇਂ। ਮੈਂ ਕਿਹਾ ਕੀ ਪਤਾ ਕਿਸੇ ਦਾ ਵਿਚਾਰ ਹੀ ਬਦਲ ਜੇ। ਚੱਲ ਚੰਗਾ ਕੀਤਾ ਪੁੱਤ। ਵੈਸੇ ਬੀਬੀ ਜੇ ਮੇਰੇ ਲਈ ਕੋਈ ਬਣੀ ਹੋਊਗੀ ਮੈਨੂੰ ਤਾਂ ਮਿਲੇ ਜਾਊਗੀ ਨਾ, ਕਿਉਂ? ਸੌਂ ਜਾ ਮੇਰਾ ਪੁੱਤ। ਠੀਕ ਹੈ ਬੀਬੀ, ਉਹ ਲਿਖੀ ਆ ਮੇਰੀ ਕਿਸਮਤ 'ਚ ਕੋਈ ਕਿ ਨਹੀਂ। ਲੈ ਬੀਬੀ ਕੋਈ ਕਾਹਲੀ ਥੋੜ੍ਹੀ ਆ, ਸੋਚ ਕੇ ਦੱਸਦੀ ਮੈਂ ਪਹਿਨਾ। ਚੰਗਾ ਸਾਰਿਆਂ ਦੇ ਪੈਰੀਆਂ ਤਲਾਇਆ ਕਰੂ, ਕਦੇ ਇਹਦੇ ਕਦੇ ਉਹਦੇ ਕਦੇ ਇਹਦੇ, ਉਹ ਤੇਰੇ ਵੀ ਲਾਤੇ ਉੱਠਣ ਬਾਈ ਬਣ ਕੇ ਤੋਂ ਲੈ ਉਹ ਆ ਗਿਆ। ਗਿਰਧਾਰੀ ਤੇਰੇ ਇਸ਼ਕ ਦੇ ਪੰਛੀ ਤਾਂ ਖੰਭ ਲਾ ਕੇ ਆਪਣੇ ਵਿਹੜੇ ਉਤਰੇ ਫਿਰਦੇ ਆ, ਇਹ ਫੈਸਲਾ ਹੁਣ ਤੂੰ ਕਰਨਾ ਪੁੱਤ ਵੀ ਤੂੰ ਆਪਣੀ ਜ਼ਿੰਦਗੀ ਦੀ ਉਡਾਣ ਕਿਹਦੇ ਨਾਲ ਭਰਨੀ ਆ। ਲੈ ਉਹ ਫੈਸਲਾ ਤਾਂ ਹੋਇਆ ਪਿਆ, ਉਹ ਸਾਡੇ ਵਾਲੀ ਸ਼ਾਮੋ ਚੱਤੇ ਪੈਰ ਖੰਭ ਖਿਲਾਰ ਕੇ ਇਹਦੇ ਖਿਆਲਾਂ ਦੇ ਵਿੱਚ ਗੁੱਟਰ ਹੂੰ ਕਰਦੀ ਫਿਰਦੀ ਆ।
जीजे नू मना कर दे किते हैं पा जफी जेरा पाला 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 जफा कहंदे रब जदों भी दिंदा ना छप्पड़ पार के दिंदा आ साडे वाले गरदारी वास्ते लगदा रब ने समान ची मोरा करता बिच एक मित्र खुले कपे है वा वो खजाना दा एदा मेरे कोल ही आ देख गरदारी इश्क ब्याह ते भक्ति कदे किसी दे कहे दिन करनी चाहिए ना ही काल करनी चाहिए है देख शेरा तू अज तक अपने दिल दी मन्नी है अज भी दिल दी हो मन्नी जा बाने नाल पिंड दा गेड़ा कढ़िया सोच ले आके दस दी है जा 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 मेरा शेर गिरधारी दा बसा माड़ा जा मोड़ तक चलिया मुड़ी आऊगा आपे आके सारा कुछ दस दूंगा उदों तक तुसी आहा दुध ते मिठा छको देखदे आ भाई इस घर च केड़ी भागां वाली आउंदी है सवाल तां चाहे गिरधारी ने मैनू कीता बीबी केनू हां करिए पर इहदा जवाब तां हुण दाता ही दऊगा तुहानूं तां हुण पता ही है भी गिरधारी नूं तां सारियां ही वधिया लगदियां ने जिहड़ा आप चंगा होवे सिद्धा होवे साफ स्पष्ट होवे उहनूं कोई भी गलत ते बुरा नहीं लगता पर हुण गिरधारी पटियाले वाला राजा थोड़ी है भई सारियां नूं ही ब्याह लियाऊगा ब्याह तां किसे इक नाल ही होऊगा ना मैनूं पूरा यकीन है कि दाता साडे गिरधारी नूं किसे इक दे नाल नाल चलण वाला जरूर बनाऊगा ओए रंग बिरंगे फुल्लां दी सानू ते खुशबू पसंद है जेड़े सानू अंदरों पड़ गए आखण तेरी रूह पसंद है जिथे पानी भरदियां कुड़ियां मौला तेरे खूह पसंद है ओए किसे कुड़ी दा दिल ना तोड़ा सब नू आखा तू पसंद है सब नू आखा तू पसंद वे भाई जोरे का कर किथे है कुड़ियां तो बहुत मिलियां तेरे तो कोई पैर अर्गी भी है
शायरी जे छड़ जांदा मैं पढ़ पढ़ थकदी ना नित कर्ज बना लेंदी समा खाली रखदी ना जो बजे ना सांभ्या साज तेरा मेरी चुप वटाउंदा ऐ अखां बंद करदियां तेरा चेता आउंदा ऐ दातां नूं सुपना तेरा वे देड़ाउंदा ऐ बंद कर दिया तेरा चेता आउंदा ऐ दातां नूं सुपना तेरा वे नींद अड़ाउंदा ऐ नजर तां है करतार दी बस मेहर ही बाकी ऐ मेहर तलकदा तरत ते आकाश ही बाकी ऐ ओ चानन टिम टिम तारिया तो मैनु चन डराउंदा ऐ अखां बंद कर दिया चेता आउंदा ऐ दातां नूं सुपना तेरा वे नींद अड़ाउंदा ऐ अखां बंद कर दिया चेता आउंदा ऐ दातां नूं सुपना तेरा वे नींद अड़ाउंदा ऐ पेंडे जिथे गया है तू वस होए किंज करा वाट लम्मी तै मैनू दस होए जग दया तान्या दा चोरा मारी जावे तेरे मुखो ताने जर जाने सी मैं हस होए तेरे मुखो ताने जर जाने सी मैं हस होए
गंगा की लहर में टूटी जंजीर। मेरी टूटी जल्दी गंगा।